हाँ जी, पंजाब साहित्य अकैडमी वालों तुहाडा सारयां दा बहुत बहुत स्वागत। साहित्य संकट काल ते असीं इस लड़ीवार संवाद दा चौथा दिन, अज इस चौथे दिन दे विच साडे नाल ने साडे प्रधान डॉक्टर सरबजीत कौर सोल, साडे अज दे मेहमान डॉक्टर सरबजीत सिंह प्रोफेसर पंजाब यूनिवर्सिटी चंडीगढ़। तुसी सारे जिहड़े लगातार पिछले चार दिनों तो साडे नाल जुड़े हुए हो ते हुण भी साडे नाल हो, तुहाडा सारयां दा बहुत बहुत स्वागत है। अमेरिका दी इक कविता है कि जद आखिरी रुख भी कट्टा जाएगा, जद आखिरी नदी भी जहरीली हो जाएगी, जद आखिरी मच्छी भी पकड़ी जाएगी, तद तुहानू पता लगेगा कि डालरां नू बुरकियां नहीं वढ़ियां जा सकदियां। वाह, तो दोस्तों हालात कुछ इस तरह दे ने कि मनुख ने मनुख होने के नाते बहुत सारिया गलतियां कीतियां ने, ते उना गलतियां दा सिट्टा कुदरत नाल टकरा दा सिट्टा असी भुगत रहे हैं। पिछले लगभग 7 महीनों तो इस संकट का दौर शुरू होया, ते हिंदुस्तान दे विच लगभग 4th महीना चल रहा है इस संकट के दौर नू। ਇਹ ਸੰਕਟ ਕੱਲਾ ਇਹੀ ਨਹੀਂ ਕਿ ਬਹੁਤ ਸਾਰੇ ਇਨਸਾਨਾਂ ਨੂੰ ਕਰੋਨਾ ਹੋ ਗਿਆ ਤੇ ਬਹੁਤ ਸਾਰੇ ਇਨਸਾਨਾਂ ਦੀ ਡੈਥ ਹੋ ਗਈ, ਇਹ ਤਾਂ ਸਾਹਮਣੇ ਦਿਸਦਾ ਸੰਕਟ ਹੈ, ਪਰ ਇਹ ਸੰਕਟ ਦੀਆਂ ਪਰਤਾਂ ਬਹੁਤ ਡੂੰਘੀਆਂ ਨੇ ਤੇ ਬਹੁਤ ਬਹੁਤ ਜ਼ਿਆਦਾ ਨੇ। ਬਹੁਤ ਤਰ੍ਹਾਂ ਦੇ ਸੰਕਟ ਨੇ, ਆਰਥਿਕ ਸੰਕਟ ਨੇ, ਮਨੋਵਿਗਿਆਨਕ ਸੰਕਟ ਨੇ, ਮਾਨਸਿਕ ਸੰਕਟ ਨੇ, ਸਮਾਜਿਕ ਸੰਕਟ ਨੇ, ਨਸਲਵਾਦ ਦੇ ਸੰਕਟ ਨੇ, ਸਰਕਾਰਾਂ ਦੀਆਂ ਨੀਤੀਆਂ ਦੇ ਸੰਕਟ ਨੇ। ਸੋ ਇਹਨਾਂ ਸਾਰੇ ਸੰਕਟਾਂ ਦੀਆਂ ਪਰਤਾਂ ਫਰੋਲਣ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਸੰਕਟ ਕਾਲ ਤੇ ਅਸੀਂ। ਤੇ ਪਿਛਲੇ 3 ਦਿਨ ਤੁਸੀਂ ਪਹਿਲੇ ਦਿਨ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ, ਜੋ ਸਾਡੇ ਪ੍ਰਧਾਨ ਨੇ, ਉਹਨਾਂ ਨੇ ਆਗਾਜ਼ ਕੀਤਾ ਸੀ। ਸਾਡੇ ਜਨਰਲ ਸਕੱਤਰ ਡਾਕਟਰ ਸਤੀਸ਼ ਕੁਮਾਰ ਵਰਮਾ ਥੋੜੇ ਜਿਹੇ ਨਾਸਾਜ਼ ਸੀ ਤਬੀਅਤ, ਉਹ ਵੀ ਅਗਲੇ ਦਿਨਾਂ ਦੇ ਵਿੱਚ ਆਪਣੇ ਨਾਲ ਸ਼ਾਮਿਲ ਹੋਣਗੇ। ਤੇ ਉਸ ਤੋਂ ਅਗਲੇ ਦਿਨ ਡਾਕਟਰ ਸੁਖਦੇਵ ਸਿੰਘ ਸਿਰਸਾ ਹੋਰਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ, ਤੇ ਕੱਲ੍ਹ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਨੇ ਵੱਖ ਵੱਖ ਮਸਲਿਆਂ ਤੇ, ਕੋਰੋਨਾ ਦੇ ਸੰਕਟ ਦੇ ਵੱਖ ਵੱਖ ਮਸਲੇ ਤੇ ਗੱਲਾਂ ਕੀਤੀਆਂ। ਅੱਜ ਸਾਡੇ ਨਾਲ ਪੰਜਾਬੀ ਦੇ ਬਹੁਤ ਵੱਡੇ ਚਿੰਤਕ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ, ਮੇਰੇ ਸਾਹਮਣੇ ਇੱਕ ਲੰਮੀ ਲਿਸਟ ਹੈ ਉਹਨਾਂ ਦੀ ਕਿਤਾਬਾਂ ਦੀ, ਪੰਜਾਬੀ ਆਲੋਚਨਾ, ਵਿਚਾਰ, ਤਰਕ, ਪਰਿਪੇਖ, ਪਰੰਪਰਾ ਤੇ ਪ੍ਰਵਾਹ, ਪਾਠ ਤੇ ਪਰਿਪੇਖ, ਪ੍ਰਸੰਗ ਤੇ ਪ੍ਰਵਚਨ, ਸਾਹਿਤ ਇਤਿਹਾਸ ਤੇ ਵਿਚਾਰਧਾਰਾ, ਸੰਵਾਦ ਤੇ ਸੰਵੇਦਨਾ। ਕੱਲਾ ਕਿਤਾਬਾਂ ਨਹੀਂ ਲਿਖੀਆਂ, ਲੇਖਕਾਂ ਦੀ ਅਗਵਾਈ ਕੀਤੀ ਹੈ ਤੇ ਕਰ ਰਹੇ ਨੇ। ਪ੍ਰਗਤੀਸ਼ੀਲ ਲੇਖ ਸੰਘ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਨੇ ਤੇ ਕੇਂਦਰੀ ਪੰਜਾਬੀ ਲੇਖ ਸਭਾ, ਜਿਹੜੀ ਲੇਖਕਾਂ ਦੀ ਸਭ ਤੋਂ ਸਰਮੌਰ ਜਥੇਬੰਦੀ ਹੈ, ਉਸ ਸਰਮੌਰ ਜਥੇਬੰਦੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਜਨਰਲ ਸਕੱਤਰ ਵੀ ਰਹਿ ਚੁੱਕੇ ਨੇ, ਤੇ ਸਭ ਤੋਂ ਵੱਡੀ ਗੱਲ ਬਹੁਤ ਖੂਬਸੂਰਤ ਇਨਸਾਨ ਨੇ। ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਸੰਘਰਸ਼ ਦੀ ਬਾਤ ਕਰਦੀ ਹੈ ਤਾਂ ਉਦੋਂ ਜਦੋਂ ਡਾਕਟਰ ਸਰਬਜੀਤ ਨੂੰ ਹਾਕ ਮਾਰੀ ਜਾਂਦੀ ਹੈ ਤਾਂ ਡਾਕਟਰ ਸਰਬਜੀਤ ਪਹਿਲੇ ਬੋਲ ਉੱਤੇ ਪਹੁੰਚਦੇ ਨੇ। ਜੇ ਕਿਸੇ ਨੇ ਪ੍ਰੋਗਰਾਮ ਕਰਾਉਣਾ ਹੈ ਉੱਥੇ ਡਾਕਟਰ ਸਰਬਜੀਤ ਹੋਰਾਂ ਨੂੰ ਬੁਲਾਇਆ ਜਾਂਦਾ ਹੈ, ਉੱਥੇ ਵੀ ਪਹਿਲੇ ਬੋਲ ਜਾਂਦੇ ਨੇ। ਸੋ ਬਹੁਤ ਅੱਛੇ ਇਨਸਾਨ, ਬਹੁਤ ਅੱਛੇ ਵਿਦਵਾਨ, ਬਹੁਤ ਅੱਛੇ ਚਿੰਤਕ, ਸੰਘਰਸ਼ਸ਼ੀਲ ਕਾਮੇ ਅੱਜ ਸਾਡੇ ਵਿਚਕਾਰ ਨੇ। ਸੋ ਮੈਂ ਤੁਹਾਡੇ ਸਾਰਿਆਂ ਵੱਲੋਂ, ਪੰਜਾਬ ਸਾਹਿਤ ਅਕੈਡਮੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਤੇ ਮੈਂ ਰਸਮੀ ਤੌਰ ਤੇ ਸਵਾਗਤ ਲਈ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵੱਲੋਂ ਸਵਾਗਤ ਕਰਨ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ, ਪੰਜਾਬ ਸਾਹਿਤ ਅਕਾਦਮੀ ਦੇ ਇਸ ਮੰਚ ਤੇ ਅੱਜ ਸਾਡੇ ਬਹੁਤ ਹੀ ਉੱਘੇ ਚਿੰਤਕ ਵਿਸ਼ਲੇਸ਼ਕ ਡਾਕਟਰ ਸਰਬਜੀਤ ਸਿੰਘ ਹੋਰਾਂ ਦਾ ਸਵਾਗਤ ਹੈ। ਉਹਨਾਂ ਦੇ ਨਾਲ ਨਾਲ ਉਹਨਾਂ ਸਾਰੇ ਵਿਦਿਆਰਥੀਆਂ ਦਾ, ਸਾਰੇ ਲੇਖਕਾਂ ਦਾ, ਚਿੰਤਕਾਂ ਦਾ, ਜੋ ਸਾਡੇ ਨਾਲ ਪੰਜਾਬ ਸਾਹਿਤ ਅਕੈਡਮੀ ਦੇ ਪੇਜ ਤੇ, ਡਾਕਟਰ ਕੁਲਦੀਪ ਦੀਪ ਦੇ ਪੇਜ ਤੇ ਜਾਂ ਮੇਰੇ ਉਹਦੇ ਨਾਲ, ਅਸੀਂ ਸਾਰੇ ਇਕੱਠੇ ਉਸ ਪੇਜ ਤੇ ਜਦੋਂ ਜੁੜਦੇ ਹਾਂ ਇਸ ਇੱਕ ਮੋਡ ਰਾਹੀਂ ਔਨਲਾਈਨ, ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਅੰਦਰ ਘੁਮੇਰ ਬਣ ਕੇ ਨਿਕਲਦੀਆਂ ਨੇ, ਉਹਨਾਂ ਨੂੰ ਅਸੀਂ ਬਾਹਰ, ਉਹਨਾਂ ਨੂੰ ਇੱਕ ਆਊਟਲੈਟ, ਇੱਕ ਖਿੜਕੀ ਵੀ ਮਿਲਦੀ ਆ। ਤੇ ਨਾਲ ਦੇ ਨਾਲ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਜਿਹੜਾ ਹੁਣ ਨਿਰਾਸ਼ਾ ਦਾ ਦੌਰ ਹੈ ਕਿ ਕਰੋਨਾ ਕਾਲ, ਸੁਪਨੇ ਬਿਮਾਰ, ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ, ਤੇ ਇਹ ਜਿਹੜਾ ਦੌਰ ਹੈ ਇਸ ਵਿੱਚ ਅਸੀਂ ਕੁੱਝ ਨਾ ਕੁੱਝ ਢਾਰਸ, ਕੁੱਝ ਨਾ ਕੁੱਝ ਸੁਝਾਅ, ਕੋਈ ਨਾ ਕੋਈ ਮਨ ਨੂੰ ਇੱਕ ਆਹਰ, ਇੱਕ ਠਾਹਰ, ਇੱਕ ਸੁਪਨਾ ਜ਼ਰੂਰ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਕਿਵੇਂ ਇਸ ਸੰਕਟ ਦੇ ਵਿੱਚ ਅਸੀਂ ਨਿਰਾਸ਼ਾ ਦੀ ਥਾਂ ਤੇ ਆਸ਼ਾ ਦਾ ਪੱਲਾ ਫੜਨਾ ਹੈ,
ਕਿਵੇਂ ਅਸੀਂ ਜ਼ਿੰਦਗੀ ਨੂੰ ਇਸ ਨਵੇਂ ਜਿਹੜੇ ਸਾਡੇ ਕੋਲ ਤਰੀਕੇ ਮਿਲੇ ਨੇ ਜਿਨ੍ਹਾਂ 'ਚ ਅਸੀਂ ਮਾਸਕ ਵੀ ਲਾਉਣੇ, ਅਸੀਂ ਹੱਥ ਵੀ ਧੋਣੇ, ਅਸੀਂ ਆਪਣਾ ਬਚਾਅ ਰੱਖਣਾ, ਆਪਣੇ ਨਾਲ ਆਪਣੇ ਪਰਿਵਾਰ ਦਾ ਬਚਾਅ ਰੱਖਣਾ, ਉਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਵਿਦਿਅਕ ਅਦਾਰਿਆਂ ਦਾ ਰੋਲ, ਸਾਡੇ ਲੇਖਕਾਂ ਦਾ ਰੋਲ, ਸਾਡੇ ਅਧਿਆਪਕਾਂ ਦਾ ਰੋਲ ਔਰ ਸਾਡੇ ਵਿਦਿਆਰਥੀ ਜਿਹੜੇ ਨੇ, ਇਹ ਸਾਰਿਆਂ ਨੂੰ ਜੋੜਦੇ ਹੋਏ ਇਸ ਮੰਚ ਤੋਂ ਅਸੀਂ ਉਹਨਾਂ ਨੂੰ ਕੋਈ ਮਾਰਗਦਰਸ਼ਨ ਕਰਨ ਦੀ ਇੱਕ ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਸੋ ਮੈਂ ਇਸ ਮੰਚ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਕੁਝ ਵੀ ਹੋਵੇ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਨਿਰੰਤਰ ਗਤੀਸ਼ੀਲ ਹੈ, ਇਹਨੇ ਤੁਰਦੇ ਹੀ ਰਹਿਣਾ। ਮਰਨ ਨਾਲੋਂ ਮਰਨ ਦਾ ਡਰ ਮਾੜਾ ਹੁੰਦਾ ਹੈ। ਸੋ ਸਾਨੂੰ ਗੁਰੂ ਸਾਹਿਬ ਦੀ ਸਰਬੱਤ ਦੇ ਭਲੇ ਲਈ ਅਰਦਾਸ ਤੇ ਚੜ੍ਹਦੀ ਕਲਾ ਵਾਲਾ ਜਿਹੜਾ ਵਚਨ ਉਹਨਾਂ ਨੇ ਸਾਨੂੰ ਇੱਕ ਬਖਸ਼ਿਆ ਹੈ ਪੰਜਾਬੀਆਂ ਨੂੰ, ਸੋ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਅਸੀਂ ਤੁਰਨਾ ਹੈ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੈ। ਸੋ ਮੈਂ ਇੱਕ ਹੁਣੇ ਲੇਟੈਸਟ ਇੱਕ ਕਵਿਤਾ ਦੇ ਨਾਲ ਆਪਣੀ ਗੱਲ ਨੂੰ ਖਤਮ ਕਰਦੀ ਹਾਂ। ਉਹਦਾ ਹੈਗਾ ਕਿ ਹੈਪੀ ਸੋਲਸ। ਅਸੀਂ ਆਮ ਤੌਰ ਤੇ ਉਦਾਸ, ਚਿੰਤਿਤ, ਮੈਂ ਵੇਖਿਆ ਜਦੋਂ ਕਿਤੇ ਬਾਜ਼ਾਰ ਜਾਓ, ਤੁਸੀਂ ਕਿਸੇ ਨੂੰ ਮਿਲਦੇ ਹੋ, ਕੋਈ ਬੰਦਾ ਉਤਸ਼ਾਹ ਨਾਲ ਅੱਗੇ ਹੋ ਕੇ ਤੁਹਾਨੂੰ ਮਿਲਦਾ ਨਹੀਂ ਹੈ, ਤੁਸੀਂ ਜੱਫੀ ਨਹੀਂ ਪਾ ਸਕਦੇ, ਤੁਸੀਂ ਉਹਦਾ ਹੱਥ ਨਹੀਂ ਘੁੱਟ ਸਕਦੇ, ਤੁਸੀਂ ਉਹਦੇ ਸਾਹਾਂ ਤੋਂ ਡਰੀ ਜਾਂਦੇ ਹੋ, ਤੇ ਯਾਨੀ ਖੁਸ਼ ਰਹਿਣਾ ਸਾਨੂੰ ਕਿਤੇ ਨਾ ਕਿਤੇ ਭੁੱਲ ਹੀ ਗਿਆ। ਬਾਜ਼ਾਰਾਂ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਹਾਂ ਜਾਂ ਕਾਲਜ ਦੇ ਵਿੱਚ ਮਿਲਦੇ ਹਾਂ ਤੇ ਮਾਸਕ ਪਾਇਆ ਹੁੰਦਾ, ਸ਼ਾਇਦ ਪੂਰੀ ਸਾਨੂੰ ਪਹਿਚਾਣ ਵੀ ਨਹੀਂ ਹੁੰਦੀ ਉਸ ਬੰਦੇ ਦੀ, ਉਦਾਸਿਆ ਚਿਹਰਾ, ਕੱਪੜੇ ਤੋਂ ਅਸੀਂ ਅਵੇਸਲੇ ਹੋਏ ਹੁੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਇਹਨਾਂ ਨੂੰ ਓਵਰਕਮ ਕਰਾਂਗੇ, ਇਹਨਾਂ ਤੋਂ ਪਾਰ ਲੰਘਾਂਗੇ, ਤਾਂ ਹੀ ਜ਼ਿੰਦਗੀ ਦੇ ਵਿੱਚ ਅਸੀਂ ਅਗਾਂਹ ਵੱਧ ਸਕਦੇ ਹਾਂ। ਸੋ ਮੈਂ ਕਹਾਂਗੀ ਕਿ ਅੱਜ ਕੱਲ ਸ਼ਬਦ ਤਿਲਕ ਤਿਲਕ ਜਾਂਦੇ, ਚਾਹਤਾਂ ਦੇ ਮੇਚ ਨਾ ਆਉਂਦੇ। ਅੱਜ ਕੱਲ ਸ਼ਬਦ ਤਿਲਕ ਤਿਲਕ ਜਾਂਦੇ, ਚਾਹਤਾਂ ਦੇ ਮੇਚ ਨਾ ਆਉਂਦੇ, ਅੱਜ ਕੱਲ ਤੇਰੀਆਂ ਯਾਦਾਂ ਵੀ ਮੁਸ਼ਕਲ ਨਾਲ ਟਕਰਾਉਂਦੀਆਂ, ਅੱਜ ਕੱਲ ਤੇਰੀਆਂ ਯਾਦਾਂ ਵੀ ਮੁਸ਼ਕਲ ਨਾਲ ਟਕਰਾਉਂਦੀਆਂ, ਅੱਜ ਕੱਲ ਅੱਧੇ ਖਾਲੀ ਪੰਨੇ ਜਿਹੀ ਅਧੂਰੀ ਉਮਰਾਂ ਫਾਸਲਿਆਂ ਵਿੱਚ ਅਟਕੀ, ਫਿਰ ਵੀ ਅੱਜ ਕੱਲ ਚਾਹੁੰਦੀ ਤਾਂ ਹਾਂ ਮੈਂ ਹਾਊਸ ਆਫ ਹੈਪੀ ਸੋਲ ਜਿਹੀ ਜ਼ਿੰਦਗੀ। ਸੋ ਅਸੀਂ ਖੁਸ਼ ਰਹਿਣਾ ਤੇ ਖੁਸ਼ ਰਹਿਣ ਦੇ ਲਈ ਸਾਨੂੰ ਸਾਹਿਤ ਨਾਲ ਜੁੜਨਾ ਜ਼ਰੂਰੀ ਹੈ, ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ। ਸੋ ਸਾਡੇ ਲੇਖਕਾਂ ਦਾ, ਸਾਡੇ ਚਿੰਤਕਾਂ ਨੇ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੋਂ ਜੋ ਪ੍ਰੇਰਨਾ, ਜੋ ਸੰਦੇਸ਼, ਜੋ ਸੇਧ ਦੇਣੀ ਹੈ, ਉਸ ਦੇ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਬਹੁਤ ਮਿਹਰਬਾਨੀ। ਬਹੁਤ ਧੰਨਵਾਦ ਮੈਡਮ, ਤੁਸੀਂ ਹਮੇਸ਼ਾ ਇੱਕ ਪੋਜ਼ਿਟਿਵ ਸੁਨੇਹਾ ਦਿੰਦੇ ਹੁੰਦੇ ਹੋ ਆਪਣੀਆਂ ਕਵਿਤਾਵਾਂ ਰਾਹੀਂ ਵੀ, ਆਪਣੀਆਂ ਗੱਲਾਂ ਰਾਹੀਂ ਵੀ। ਅੱਜ ਵੀ ਅਸੀਂ ਇਸ ਪੋਜ਼ਿਟਿਵ ਸੁਨੇਹੇ ਦੇ ਨਾਲ ਹੀ ਗੱਲ ਸ਼ੁਰੂ ਕਰ ਰਹੇ ਹਾਂ ਤੇ ਮੈਂ ਹੁਣ ਬੇਨਤੀ ਕਰਦਾ ਡਾਕਟਰ ਸਰਬਜੀਤ ਹੋਰਾਂ ਨੂੰ ਕਿ ਉਹ ਹੌਟ ਸ਼ੀਟ ਤੇ ਸਾਡੇ ਨਾਲ ਆ ਜਾਣ ਤੇ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ। ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਡਾਕਟਰ ਸਾਹਿਬ, ਆਪਾਂ ਵਰਚੁਅਲ ਟੈਕਸਟ ਤੇ ਰਵਾਇਤੀ ਟੈਕਸਟ, ਆਨਲਾਈਨ ਮੀਡੀਆ ਤੇ ਹੋਰ ਕੁਛ, ਪਰ ਪਹਿਲਾਂ ਗੱਲ ਇੱਥੋਂ ਸ਼ੁਰੂ ਕਰਾਂਗੇ ਕਿ ਬਤੌਰ ਇਨਸਾਨ ਤੇ ਬਤੌਰ ਚਿੰਤਕ ਤੁਸੀਂ ਇਸ ਕੋਰੋਨਾ ਪੀੜ ਦੇ ਵਿੱਚ ਤੁਹਾਡੀਆਂ ਕੀ ਸਰਗਰਮੀਆਂ ਰਹੀਆਂ, ਕਿਵੇਂ ਤੁਸੀਂ ਪ੍ਰਭਾਵਿਤ ਹੋਏ, ਕੀ ਤੁਹਾਡੇ ਏਜੰਡੇ ਰਹੇ, ਸੰਖੇਪ ਦੇ ਵਿੱਚ ਪਲੀਜ਼ ਇਸ ਗੱਲ ਤੇ ਜਾਣਨਾ ਪਾਓ, ਉਸ ਤੋਂ ਬਾਅਦ ਆਪਾਂ ਸਵਾਲਾਂ ਦੇ ਜਵਾਬ ਲਵਾਂਗੇ। ਸੰਦੀਪ ਜੀ, ਇੱਕ ਤਾਂ ਮੈਂ ਪਹਿਲਾਂ ਪੰਜਾਬ ਸਾਹਿਤ ਅਕਾਦਮੀ ਨੂੰ ਇਸ ਗੱਲ ਲਈ ਵਧਾਈ ਤਾਂ ਨਹੀਂ ਦਿੰਦਾ, ਇਨਕਰੇਜ ਕਰੂੰਗਾ ਕਿ ਜਿਸ ਕਿਸਮ ਦੇ ਹਾਲਾਤ 'ਚੋਂ ਗੁਜ਼ਰ ਰਹੇ ਹਾਂ, ਫਿਜ਼ੀਕਲ ਡਿਸਟੈਂਸਿੰਗ ਦੀ ਗੱਲ ਆ ਜਿਸਨੂੰ ਸੋਸ਼ਲ ਡਿਸਟੈਂਸਿੰਗ ਕਿਹਾ ਜਾਂਦਾ, ਔਰ ਇਹਦੇ ਨਾਲ ਹੀ ਜਿਵੇਂ ਸਰਬਜੀਤ ਸੋਹਲ ਹੋਰੀ ਗੱਲ ਕਰ ਰਹੇ ਸੀ ਵੀ ਅਸੀਂ ਹੱਥ ਨਹੀਂ ਮਿਲਾ ਸਕਦੇ, ਜੱਫੀ ਨਹੀਂ ਪਾ ਸਕਦੇ, ਮਿਲ ਨਹੀਂ ਸਕਦੇ, ਇਸ ਕਿਸਮ ਦੇ ਇੱਕ ਸੰਪਰਕ ਸੂਤਰਾਂ ਤੋਂ ਦੂਰ ਅਸੀਂ ਪਿਛਲੇ ਆਲਮੋਸਟ 4 ਮਹੀਨਿਆਂ ਤੋਂ ਇੱਕ ਅਜੀਬ ਕਿਸਮ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਜਿਹਨੂੰ ਸੰਕਟ ਕਹਿ ਲਓ, ਕਰੋਨਾ ਕਹਿ ਲਓ, ਹੋਰ ਕੁਝ ਕਹਿ ਲਓ। ਇਸ ਦੌਰ ਦੇ ਵਿੱਚ ਅਸੀਂ ਮਹਿਸੂਸ ਕੀਤੀ ਇਹ ਗੱਲ ਕਿ ਕੁਝ ਸਮੇਂ ਤੋਂ ਬਾਅਦ ਜਿਵੇਂ ਇਮੀਡੀਏਟਲੀ ਇੱਕ ਵੱਡਾ ਸੰਕਟ ਆਣ ਪਿਆ, ਉਹ ਸੰਕਟ ਦੇ ਵਿੱਚ ਕਿਉਂਕਿ ਲੋਕਾਂ ਨਾਲ ਸੰਪਰਕ ਨਹੀਂ ਸੀ, ਕਿਸੇ ਤਰ੍ਹਾਂ ਦਾ ਰਾਬਤਾ ਨਹੀਂ ਸੀ, ਤੁਸੀਂ ਫੋਨ ਕਰ ਲੈਂਦੇ ਹੋ ਘਰੇ ਬੈਠੇ ਹੋ ਤੇ ਹੋਰ ਆ, ਇਮੀਡੀਏਟਲੀ ਇੱਕ ਜਿਹੜਾ ਸਭ ਤੋਂ ਵੱਡਾ ਸੰਕਟ ਸਾਡੇ ਸਾਹਮਣੇ ਆਇਆ, ਉਹ ਸਾਹਮਣੇ ਆਇਆ ਕਿ ਦੁਨੀਆਂ ਦੇ ਅੰਦਰ ਚਾਹੇ ਉਹ ਅਮਰੀਕਾ, ਚਾਹੇ ਉਹ ਯੂਰਪ ਆ ਤੇ ਚਾਹੇ ਹੋਰ ਆ, ਅਸੀਂ
ਉਹਨਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਵਿਵਸਥਾਵਾਂ ਪੈਦਾ ਕਰ ਲਈਆਂ, ਹਿੰਦੁਸਤਾਨ ਨੇ ਵੀ ਕਰ ਲਈਆਂ, ਕਿਉਂਕਿ ਪਿਛਲੀ ਵਾਰੀ ਅਸੀਂ 5 ਬਿਲੀਅਨ ਦੀ ਇਕੋਨਮੀ ਦੀ ਗੱਲ ਕਰਦੇ ਸੀ, ਅਸੀਂ ਬੜੀਆਂ ਵੱਡੀਆਂ ਵਿਵਸਥਾਵਾਂ ਪੈਦਾ ਕੀਤੀਆਂ। ਪਰ ਦੁਨੀਆਂ ਦੇ ਅੰਦਰ ਇੱਕ ਜਿਹੜਾ ਸਭ ਤੋਂ ਵੱਡਾ ਮਸਲਾ ਖੜਾ ਹੋਇਆ ਉਹ ਇਹ ਹੈ ਵੀ ਅਸੀਂ ਵਿਵਸਥਾਵਾਂ ਤਾਂ ਬਹੁਤ ਵੱਡੀਆਂ ਕਰ ਲਈਆਂ, ਪਰ ਸਾਡੀਆਂ ਮਾਨਵੀ ਵਿਵਸਥਾਵਾਂ ਬਹੁਤ ਜ਼ੀਰੋ ਸਨ, ਚਾਹੇ ਉਹ ਚਾਹੇ ਸੋਸ਼ਲ ਸਿਕਿਉਰਿਟੀ ਦੀ ਸੀ, ਚਾਹੇ ਹੋਰ ਸੀ। ਜਦੋਂ ਇਹ ਇਹਨਾਂ ਦੇ ਸੰਕਟ ਸਾਹਮਣੇ ਆਏ ਤਾਂ ਅਸੀਂ ਸੋਚਿਆ ਕਿ ਕੀ ਲੇਖਕ ਦਾ ਕੰਮ ਸਿਰਫ ਲਿਖਣਾ ਜਾਂ ਕੀ ਇਸ ਤਰ੍ਹਾਂ ਦੀਆਂ ਚੀਜ਼ਾਂ, ਉਹ ਵੀ ਬਹੁਤ ਇੰਪੋਰਟੈਂਟ ਨੇ, ਉਹਨਾਂ ਤੋਂ ਬਿਨਾਂ ਕੰਮ ਨਹੀਂ ਹੈ। ਪਰ ਸਾਨੂੰ ਲੱਗਿਆ ਕਿ ਜਿਸ ਤਰ੍ਹਾਂ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਸੀ, ਮੋਹਾਲੀ ਪੰਚਕੂਲਾ ਦੇ ਵਿੱਚ, ਇੱਥੇ ਜਿਸ ਕਿਸਮ ਦੀ ਵਰਕਿੰਗ ਫੋਰਸ ਨੂੰ ਪ੍ਰੋਬਲਮ ਆਈਆਂ, ਮਜ਼ਦੂਰ ਸ਼੍ਰੇਣੀ ਨੂੰ ਆਈਆਂ, ਉਹਦੇ ਲਈ ਫਿਰ ਅਸੀਂ ਜਾਤੀ ਤੌਰ 'ਤੇ ਇੱਕ ਬਹੁਤ ਵੱਡਾ ਅਭਿਆਨ ਸ਼ੁਰੂ ਕੀਤਾ। ਔਰ ਮੈਨੂੰ ਇਸ ਗੱਲ ਦੀ ਕਰਦਿਆਂ ਹੋਰ ਵੀ ਬਹੁਤ ਖੁਸ਼ੀ ਹੋ ਰਹੀ ਆ ਕਿ ਸਰਬਜੀਤ ਸੋਹਲ ਹੋਰਾਂ ਨੇ ਵੀ ਸਾਡੇ ਉਸ ਪੂਰੇ ਦੇ ਪੂਰੇ ਕੰਮ ਦੇ ਵਿੱਚ ਆਪਣਾ ਆਰਥਿਕ ਯੋਗਦਾਨ ਵੀ ਦਿੱਤਾ। ਸੋ ਅਸੀਂ ਵੀ ਲੇਖਕਾਂ ਨੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਹੋਰ ਸੰਸਥਾਵਾਂ ਨੇ ਰਲ ਕੇ ਇੱਕ ਬੜੀ ਵੱਡੀ ਪੱਧਰ 'ਤੇ ਜਿਹੜਾ ਗਰੀਬਾਂ ਨੂੰ ਬਚਣ ਬਚਾਉਣ ਦਾ ਕੀਤਾ, ਰਾਸ਼ਨ ਦਾ ਜਾਂ ਦਵਾਈਆਂ ਦਾ ਜਾਂ ਉਹਨਾਂ ਤੱਕ। ਸੋ ਅਸੀਂ ਫਿਰ ਲਗਭਗ 2.5 ਮਹੀਨੇ ਚੰਡੀਗੜ੍ਹ ਦੇ ਪੰਚਕੂਲੇ ਅਤੇ ਮੋਹਾਲੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਲਗਾਤਾਰ ਇਹ ਕੰਮ ਕਰਕੇ ਇੱਕ ਗੱਲ ਦਰਸਾਉਂਦੇ ਰਹੇ ਕਿ ਲੇਖਕ ਦਾ ਕੰਮ ਕਲਮ ਨਾਲ ਹੀ ਨਹੀਂ ਲੜਨਾ ਹੁੰਦਾ, ਜੇ ਹਾਲਾਤ ਤੁਹਾਡਾ ਮਾਈਕ ਸਰ ਤੁਹਾਡਾ ਮਾਈਕ ਅਨਮਿਊਟ ਹੋ ਗਿਆ, ਪਲੀਜ਼ ਕਰਿਓ ਮਿਊਟ ਇਹਨੂੰ। ਡਾਕਟਰ ਸਰਬਜੀਤ ਸਰ ਕਰ ਰਹੇ ਹਾਂ, ਹਾਂਜੀ ਹੋ ਗਿਆ ਜੀ, ਹੋ ਗਿਆ, ਠੀਕ ਹੈ, ਕੰਟੀਨਿਊ ਕਰੋ ਪਲੀਜ਼। ਜੀ ਜੀ ਅੱਛਾ, ਕਦੀ ਮੈਂ ਉਹ ਗੱਲ ਕਰ ਰਿਹਾ ਸੀ, ਮੇਰਾ ਗੱਲ ਹੁਣ ਮੈਨੂੰ ਇਹ ਨਹੀਂ ਪਤਾ ਕਿੰਨੀ ਕੁ ਗੱਲ ਤੁਹਾਡੇ ਤੱਕ ਪਹੁੰਚੀ। ਅਸੀਂ ਇੱਕ ਪੂਰਾ ਕਾਫਲਾ ਬਣਾਇਆ, ਉਸ ਕਾਫਲੇ ਦੇ ਵਿੱਚ ਅਸੀਂ ਉਦੋਂ ਆਪਣਾ ਕੰਮ ਬੰਦ ਕੀਤਾ ਆਲਮੋਸਟ ਜਦੋਂ ਪੂਰਾ ਖੁੱਲਣ ਦੇ ਆਸਾਰ ਪੈਦਾ ਹੋ ਗਏ। ਇਹ ਇਹ 4 ਮਈ ਦੀ ਗੱਲ, 4-5 ਮਈ ਦੇ ਨੇੜੇ। ਸੋ ਇਸ ਕਰਕੇ ਜੇ ਤੁਸੀਂ ਜਾਤੀ ਤੌਰ 'ਤੇ ਕਹਿੰਦੇ ਹੋ ਤਾਂ ਜਾਤੀ ਤੌਰ 'ਤੇ ਅਸੀਂ ਆਈਸੋਲੇਟ ਹੋ ਕੇ ਘਰੇ ਨਹੀਂ ਬੈਠੇ, ਲਗਾਤਾਰ ਇਸ ਜੰਗ ਦੇ ਵਿੱਚ ਸ਼ਰੀਕ ਰਹੇ, ਲਗਾਤਾਰ ਉਸਦੇ ਵਿੱਚ ਆਪਣਾ ਰੋਲ ਪਲੇ ਕੀਤਾ। ਚਾਹੇ ਉਹ ਪੰਜਾਬ ਸਰਕਾਰ ਨੂੰ 50,000 ਰੁਪਇਆ ਇੱਥੇ ਖਾਸ ਕਰਕੇ ਮੋਹਾਲੀ ਦੇ ਵਿੱਚ ਗਰੀਬਾਂ ਨੂੰ ਦਵਾਈਆਂ ਦਾ ਹੋਵੇ, ਉਹ ਅਸੀਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਬੈਨਰ ਹੇਠ ਕੀਤਾ। ਔਰ ਵੱਡੀ ਪੱਧਰ ਦੇ ਉੱਤੇ ਸਾਡੀ ਲੋਕਾਂ ਨੇ ਮਦਦ ਕੀਤੀ, ਲੇਖਕਾਂ ਨੇ, ਕਲਾਕਾਰਾਂ ਨੇ, ਰੰਗ ਕਰਮੀਆਂ ਨੇ, ਸਮਾਜ ਸੇਵੀਆਂ ਨੇ। ਸੋ ਅਸੀਂ ਇਹ ਮੁਹਿੰਮ ਡਾਕਟਰ ਸਾਹਿਬ ਲਗਾਤਾਰ ਚਲਾਉਂਦੇ ਰਹੇ। ਇਸ ਕਰਕੇ ਅਸੀਂ ਕੋਰੋਨਾ ਦੇ ਦਰਮਿਆਨ ਲਗਾਤਾਰ ਸ਼ਾਮਿਲ ਰਹੇ ਸਾਰੇ ਸੰਕਟ। ਕਿਆ ਬਾਤ ਹੈ, ਬਹੁਤ ਵਧੀਆ ਗੱਲ ਹੈ ਸਰ। ਤੁਸੀਂ ਇੱਕ ਇਨਸਾਨ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾਈ, ਇੱਕ ਚਿੰਤਕ ਲੇਖਕ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾਈ। ਅਸੀਂ ਤੁਹਾਨੂੰ ਇਸ ਗੱਲ ਲਈ ਵਧਾਈ ਵੀ ਦਿੰਦੇ ਹਾਂ ਅਤੇ ਇਹ ਸਾਡੇ ਲਈ ਇੱਕ ਰਾਹ ਦਸੇਰੇ ਵਾਲੀ ਗੱਲ ਵੀ ਹੈ ਕਿ ਜਦੋਂ ਸੰਕਟ ਦਾ ਦੌਰ ਹੁੰਦਾ ਉਦੋਂ ਇਕੱਲਾ ਲਿਖਣਾ ਹੀ ਨਹੀਂ ਹੁੰਦਾ ਹੈਗਾ, ਉਦੋਂ ਲੋਕਾਂ ਦੀ ਮਦਦ ਵੀ ਕਰਨੀ ਹੁੰਦੀ ਹੈ ਇੱਕ ਮਨੁੱਖ ਦੇ ਤੌਰ 'ਤੇ ਜਿੰਨੀ ਅਸੀਂ ਕਰ ਸਕਦੇ ਹਾਂ। ਅਤੇ ਤੁਸੀਂ ਲਗਾਤਾਰ, ਮੈਂ ਪੜ੍ਹਦਾ ਵੀ ਰਿਹਾ ਗਰੁੱਪ ਦੇ ਵਿੱਚ, ਰਿਪੋਰਟਾਂ ਵੀ ਮੈਂ ਤੁਹਾਡੀਆਂ ਦੇਖ ਰਿਹਾ, ਬਹੁਤ ਬਹੁਤ ਅੱਛਾ ਕੰਮ ਕੀਤਾ ਹੈ, ਤੁਸੀਂ ਵਧਾਈ ਦੇ ਪਾਤਰ। ਅੱਗੇ ਚੱਲਦੇ ਹਾਂ ਸਰ, ਅੱਗੇ ਆਪਾਂ ਕਿਉਂਕਿ ਕਿਤਾਬਾਂ ਨਾਲ ਜੁੜੇ ਹੋਏ ਲੋਕ ਹਾਂ ਤੇ ਕਿਤਾਬ ਲਗਾਤਾਰ ਰੂਪ ਬਦਲ ਰਹੀ ਹੈ। ਕਦੇ ਸਾਡੇ ਕੋਲ ਮੌਖਿਕ ਸਾਹਿਤ ਹੁੰਦਾ ਸੀ, ਕਿਤਾਬ ਹੁੰਦੀ ਨਹੀਂ ਸੀ, ਸਾਡੇ ਬਜ਼ੁਰਗ ਪੁਰਾਣੇ ਚੱਲਦੀਆਂ ਫਿਰਦੀਆਂ ਕਿਤਾਬਾਂ ਸੀਗੀਆਂ। ਉਸ ਮੌਖਿਕ ਸਾਹਿਤ ਤੋਂ ਬਾਅਦ ਜਦੋਂ ਸਕ੍ਰਿਪਟ ਆਈ ਪਹਿਲੀ ਵਾਰ, ਅਸੀਂ ਲਿਖਣਾ ਸ਼ੁਰੂ ਕੀਤਾ ਤਾਂ ਕਿਤਾਬਾਂ ਗ੍ਰੰਥ ਆਉਣੇ ਸ਼ੁਰੂ ਹੋਏ, ਹੱਥ ਨਾਲ ਲਿਖਣੇ ਸ਼ੁਰੂ ਹੋਏ। ਉਸ ਤੋਂ ਬਾਅਦ ਹੁਣ ਤੜਾ ਤੜ ਜਦੋਂ ਪ੍ਰੈਸ ਆ ਗਈ ਤਾਂ ਕਿਤਾਬਾਂ ਛਪਣੀਆਂ ਸ਼ੁਰੂ ਹੋਈਆਂ। ਪਰ ਹੁਣ ਕਿਤਾਬਾਂ ਦਾ ਇੱਕ ਨਵਾਂ ਰੂਪ ਜਿਹੜਾ ਵਰਚੁਅਲ ਟੈਕਸਟ ਦੇ ਰੂਪ ਦੇ ਵਿੱਚ ਆ ਰਿਹਾ ਹੈ, ਜਿਹੜਾ ਅਸੀਂ ਕੰਪਿਊਟਰ ਦੇ ਉੱਤੇ, ਇੰਟਰਨੈਟ ਦੇ ਉੱਤੇ, ਮੋਬਾਈਲਾਂ ਦੇ ਉੱਤੇ ਲਿਖ ਰਹੇ ਹਾਂ। ਤੇ ਇਸ ਲੋਕਡਾਊਨ ਦੇ ਵਿੱਚ, ਇਸ ਸੰਕਟ ਦੇ ਦੌਰਾਨ ਜਦੋਂ ਬਾਕੀ ਸਾਰਾ ਕੁਝ ਬੰਦ ਸੀ, ਤਾਂ ਵਰਚੁਅਲ ਟੈਕਸਟ ਬਹੁਤ ਵੱਡੀ ਮਾਤਰਾ ਦੇ ਵਿੱਚ ਲਿਖੀ ਜਾ ਰਹੀ ਸੀ। ਮੈਂ ਇਹੀ ਤੁਹਾਨੂੰ ਸਵਾਲ ਕਰਦਾ ਕਿ ਰਵਾਇਤੀ ਟੈਕਸਟ ਤੇ ਵਰਚੁਅਲ ਟੈਕਸਟ ਤੁਸੀਂ ਕਿਵੇਂ ਦੇਖਦੇ ਹੋ? ਕੀ ਇਹ ਵਰਚੁਅਲ ਟੈਕਸਟ ਰਵਾਇਤੀ ਟੈਕਸਟ ਦਾ ਬਦਲ ਬਣ ਜਾ ਰਹੀ ਹੈ, ਜਾਂ ਕੋਈ ਇਹਦੇ ਵਿੱਚ ਹੋਰ ਸੰਭਾਵਨਾਵਾਂ ਤੁਹਾਨੂੰ ਲੱਗਦੀਆਂ ਨੇ? ਡਾਕਟਰ ਸਾਹਿਬ, ਇੱਕ ਗੱਲ ਤਾਂ ਮੈਂ ਕਹਿਣੀ ਚਾਹਾਂਗਾ ਕਿ ਮਨੁੱਖ ਜਿਹੜਾ ਉਹ ਸੰਚਾਰ ਕਰਨ ਵਾਲਾ ਪ੍ਰਣਾਲੀ ਆ, ਐਸਾ ਪ੍ਰਾਣੀ ਆ ਜਿਹਨੇ ਸੰਚਾਰ ਕਰਨਾ ਹੀ ਕਰਨਾ।
जिस किस्म के हालात बन गए, संकट बन गए, जां बहुत सॉफ्ट टाइम होएगा किसे तरह, उन्हें अपने एक दूजे नाल संचार दे साधन लब लेने। जी कोरोना दे विच ता चलो साडे कोले टीवी आ, इंटरनेट आ, फोन आ, कंप्यूटर आ, बड़ा कुछ आ। जी पर इह तां नहीं कि भी कोरोना पहली बारी दुनिया दे विच एक महामारी आई आ। जी जी दुनिया दा महामारी 1920 दे विच भी आई, उस तो पहला भी आई आ। ਉਹਦੇ ਨਾਲ ਕੰਪਿਊਟਰ ਸੀ ਨਾ, ਵਰਚੁਅਲ ਟੈਕਸਟ ਦੀ ਗੱਲ ਸੀ ਨਾ, ਵਰਚੁਅਲ ਜਿਹੜੇ ਕਮਿਊਨੀਕੇਟਿਵ ਸਾਧਨ ਆ ਉਹਨਾਂ ਦੀ ਸੀ। ਪਰ ਇਹ ਆ ਵੀ ਕਿਉਂਕਿ ਸਾਡੇ ਯੁੱਗ ਚ ਆਈ, ਇਸ ਕਰਕੇ ਸਾਨੂੰ ਇਹਦੀ ਇੰਪੋਰਟੈਂਸ ਜਾਂ ਇਹਦੀ ਭੂਮਿਕਾ ਜਿਹੜੀ ਆ ਉਸ ਨੂੰ ਸਮਝਣਾ ਵੀ ਪਏਗਾ, ਦੱਸਣਾ ਵੀ ਪਏਗਾ। ਕਿ ਤੁਹਾਡੀ ਗੱਲ ਠੀਕ ਆ, ਇੱਕ ਤਾਂ ਇਹ ਗੱਲ ਇਸ ਦੌਰ ਦੇ ਵਿੱਚ ਕਿਉਂਕਿ ਕਰੋਨਾ ਸੀ, ਲੋਕਡਾਊਨ ਵਗੈਰਾ ਵਗੈਰਾ, ਤੇ ਇਹ ਵਰਚੁਅਲ ਟੈਕਸਟ ਦੀ ਗੱਲ ਹੋਈ, ਵਰਚੁਅਲ ਰੈਲੀਆਂ ਹੋਈਆਂ, ਵਰਚੁਅਲ ਇਲੈਕਸ਼ਨ ਦੀ ਗੱਲ ਹੋ ਰਹੀ ਹੈ, ਪਰ ਇਹ ਹੁਣੇ ਨਹੀਂ ਹੋਈ। ਇਸ ਤੋਂ ਪਹਿਲਾਂ ਸਾਡੇ ਕੋਲੇ ਇਸ ਕਿਸਮ ਦਾ, ਚਾਹੇ ਉਹ ਈ ਮੈਗਜ਼ੀਨ ਦੀ ਗੱਲ ਹੋਵੇ, ਚਾਹੇ ਉਹ ਈ ਸੈਮੀਨਾਰ ਦੀ ਗੱਲ ਹੋਵੇ, ਜਾਂ ਈ ਲਰਨਿੰਗ ਇਲੈਕਟ੍ਰੋਨਿਕਸ ਦੇ ਮਾਧਿਅਮ, ਵੀਡੀਓ ਕਾਨਫਰੰਸਿੰਗ ਤਾਂ ਸਾਡੇ ਬਹੁਤ ਦੌਰ ਪਹਿਲਾਂ ਦੀਆਂ ਹੋ ਰਹੀਆਂ ਨੇ ਸਾਡੇ ਸੋਫਟਵੇਅਰ ਜਗਤ ਦੇ ਵਿੱਚ। ਇਹ ਤਾਂ ਅਸੀਂ ਜਿਹੜੇ ਉਹ ਲੋਕ ਸੀ ਉਹ ਹੁਣ ਇਸ ਦੇ ਉੱਤੇ ਆਏ। ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਕੋਲ ਸੰਚਾਰ ਦਾ ਮਾਧਿਅਮ ਕਰੋਨਾ ਦੇ ਵਿੱਚ ਕੰਪਿਊਟਰ ਬਚਿਆ ਸੀ। ਕੰਪਿਊਟਰ ਦੇ ਰਾਹੀਂ ਅਸੀਂ ਇੱਕ ਵਾਸਤਵਿਕ ਜਗਤ ਨੂੰ ਪੈਦਾ ਕਰਨ ਦਾ ਯਤਨ ਕੀਤਾ, ਜਿਸ ਨੂੰ ਅਸੀਂ ਵਰਚੁਅਲ ਰਿਐਲਿਟੀ ਕਹਿ ਲਓ, ਵਰਚੁਅਲ ਲਿਟਰੇਚਰ ਕਹਿ ਲਓ, ਉਹ ਕਹਿ ਲਓ। ਪਿਛਲੇ ਦਿਨਾਂ ਤੋਂ ਮੈਂ ਲਗਾਤਾਰ ਦੇਖ ਰਿਹਾ ਲਖਵਿੰਦਰ ਜੌਹਲ ਹੋਰੀ, ਜਿਹੜਾ ਕਦੇ ਕਾਵਿ ਲੋਕ ਕੱਢਦੇ ਹੁੰਦੇ ਸੀ, ਉਹ ਲਗਾਤਾਰ ਹੁਣ ਉਹ ਆਪਣਾ ਈ ਮੈਗਜ਼ੀਨ ਦੇ ਰੂਪ ਚ ਉਹ ਭੇਜਦੇ ਆ ਲਗਾਤਾਰ। ਬਹੁਤ ਸਾਰੇ ਦੋਸਤਾਂ ਦੀਆਂ ਬੜੀਆਂ ਅੱਛੀਆਂ ਕਵਿਤਾਵਾਂ ਵੀ ਨੇ, ਜੇ ਕਿਤੇ ਲੋੜ ਪਈ ਮੈਂ ਕਦੇ ਕੋਟ ਵੀ ਕਰੂੰਗਾ। ਸੋ ਇਹ ਲਗਭਗ ਕਰੀਬ ਜਿਹੜਾ ਕੰਪਿਊਟਰ ਨੇ ਸਾਨੂੰ ਦਿਖਾਏ ਜਾਣ ਵਾਲਾ, ਕੰਪਿਊਟਰ ਨੇ ਇੱਕ ਦੂਜੇ ਨਾਲ ਸੰਚਾਰ ਪੈਦਾ ਕੀਤਾ, ਇਹ ਸਾਡੀ ਪ੍ਰਾਪਤੀ ਵੀ ਹੈ, ਐਸੀ ਗੱਲ ਨਹੀਂ। ਪਰ ਜਿਹੜੀ ਇਹ ਆ ਕਿ ਵਰਚੁਅਲ ਟੈਕਸ ਤੇ ਰਵਾਇਤੀ ਟੈਕਸ, ਇਹਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਵਰਚੁਅਲ ਟੈਕਸ ਆ ਜਿਹੜੀ, ਉਹਦੇ ਲਈ ਤੁਹਾਨੂੰ ਬੜੀਆਂ ਚੀਜ਼ਾਂ ਦੀ, ਦੇਖੋ ਆਪਾਂ ਹੁਣ ਬੈਠੇ ਗੱਲ ਕਰ ਰਹੇ ਹਾਂ, ਬਿਨਾਂ ਕੰਪਿਊਟਰ ਦੇ ਗੱਲ ਨਹੀਂ ਹੋ ਸਕਦੀ। ਜੀ 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 ਫਿਰ ਇਕੱਲੇ ਕੰਪਿਊਟਰ ਨਾਲ ਨਹੀਂ ਹੋ ਸਕਦੀ, ਉਹਦੇ ਲਈ ਤੁਹਾਨੂੰ ਨੈੱਟ ਦੀ ਵੀ ਜ਼ਰੂਰਤ ਆ। ਜੀ 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 ਨੈੱਟ ਵੀ ਉਦੋਂ ਤੱਕ ਚੱਲੇਗਾ ਜਦੋਂ ਤੱਕ ਤੁਹਾਡੇ ਕੋਲ ਚਾਰਜਿੰਗ ਆ ਜਾਂ ਇਲੈਕਟ੍ਰੀਸਿਟੀ ਆ। ਇਹਦਾ ਮਤਲਬ ਇੱਕ ਦੋ ਤਿੰਨ ਚਾਰ ਪੰਜ ਛੇ ਚੀਜ਼ਾਂ ਜੁੜੀਆਂ ਹੋਈਆਂ ਜਿਹਨੂੰ ਅਸੀਂ ਰਵਾਇਤੀ ਟੈਕਸਟ ਕਹਿੰਦੇ ਹਾਂ। ਮੈਂ ਇੱਕ ਕਿਤਾਬ ਖਰੀਦ ਲਿਆ, ਉਹ ਕਿਤਾਬ ਮੈਂ ਰੱਖ ਲਈ, ਮੈਂ 10 ਸਾਲ ਬਾਅਦ ਪੜ੍ਹ ਲਾ ਤੇ ਹੋਰ ਕਰ ਲਾ, ਚੱਲੇਗੀ, ਉਹਨੂੰ ਕੋਈ ਪ੍ਰੋਬਲਮ ਨਹੀਂ। ਲੇਕਿਨ ਇਹ ਜਿਹੜੀ ਆ, ਇਹ ਹੋ ਸਕਦਾ ਮੇਰੀ ਕੋਈ ਚੀਜ਼ ਕਰਪਟ ਹੋ ਜਾਵੇ, ਸਾਰਾ ਕੁਝ ਉੱਡ ਜਾਵੇ, ਕੋਈ ਚੀਜ਼ ਹੋ ਜਾਵੇ, ਉਹ ਹੋ ਜਾਵੇ, ਮੇਰੇ ਕੋਲ ਜੇ ਇਹ ਇਨਫਰਾਸਟ੍ਰਕਚਰ ਨਹੀਂ ਹੋਊਗਾ ਤਾਂ ਮੇਰੀ ਜਿਹੜੀ ਟੈਕਸਟ ਹੈ ਬਹੁਤੀ ਦੇਰ ਬਚੀ ਨਹੀਂ ਰਹਿ ਪਾਏਗੀ। ਤੀਜੀ ਗੱਲ ਇਹ ਆ, ਮੈਂ ਕਿਤਾਬ ਨੂੰ ਕਿਤੇ ਵੀ ਕੈਰੀ ਕਰ ਸਕਦਾ, ਅੱਜ ਕੱਲ੍ਹ ਤਾਂ ਤੁਸੀਂ ਲੈਪਟਾਪ ਨੂੰ ਵੀ ਕਿਤੇ ਕੈਰੀ ਕਰ ਸਕਦੇ ਹੋ ਉਹਨੂੰ, ਪਰ ਲੈਪਟਾਪ ਲਈ ਇਹਨਾਂ ਚੀਜ਼ਾਂ ਦੀ ਕਿਤੇ ਵੀ ਦਿੱਕਤ ਆ ਸਕਦੀ ਹੈ, ਪਰ ਕਿਤਾਬ ਦੀ ਕਿਤੇ ਵੀ ਦਿੱਕਤ ਨਹੀਂ ਆ ਸਕਦੀ। ਕਿਤਾਬ ਨੂੰ ਤੁਸੀਂ ਲੈਂਪ ਪੋਸਟ ਥੱਲੇ ਵੀ ਪੜ੍ਹ ਸਕਦੇ। ਇਸ ਕਰਕੇ ਰਵਾਇਤੀ ਟੈਕਸਟ ਆ ਜਿਹੜੀ, ਉਹ ਸਿਰਫ ਪੜ੍ਹਨ ਲਈ ਨਹੀਂ ਆ, ਮੈਂ ਜਿਹਦੇ ਤੇ ਜ਼ੋਰ ਦੇਣਾ ਚਾਹੁੰਦਾ, ਰਵਾਇਤੀ ਟੈਕਸਟ ਤੁਹਾਨੂੰ ਭਾਸ਼ਾ ਸਿਖਾਉਂਦੀ ਹੈ। ਭਾਸ਼ਾ ਗਿਆਨ ਤੇ ਅਕਲ ਹੀ ਨਹੀਂ ਹੁੰਦੀ, ਵਿਅਕਤੀ ਹੁੰਦੀ ਆ, ਪੂਰੇ ਦਾ ਪੂਰਾ ਸੰਸਾਰ ਤੇ ਕਲਚਰ ਹੁੰਦੀ ਹੈ। ਜੀ ਤੁਸੀਂ ਲਿਖੇ ਸ਼ਬਦ ਬਾਰ ਬਾਰ ਪੜ੍ਹਦੇ ਹੋ ਪਰ ਬਾਰ ਬਾਰ ਅੰਦਰ ਜਗਾਉਂਦੇ ਹੋ, ਉਹ ਜਿਹੜੀ ਰਵਾਇਤੀ ਟੈਕਸਟ ਆ ਉਹਦਾ ਮੇਰਾ ਕਹਿਣਾ ਜਿਹੜੀ ਉਹ ਮੁਕਾਬਲਾ ਨਹੀਂ ਕਰ ਪਾਏਗੀ। ਤੇ ਇਸ ਕਰਕੇ ਮੈਂ ਅਜੇ ਵੀ ਰਵਾਇਤੀ ਟੈਕਸਟ ਦੇ ਹੱਕ ਚ ਹਾਂ ਔਰ ਰਹਾਂਗਾ ਵੀ ਜਦ ਤੱਕ, ਜਾਂ ਅਸੀਂ ਪੁਰਾਣੀ ਪੀੜ੍ਹੀ ਦੇ ਉੱਤੇ ਹੋ ਸਕਦੇ ਹਾਂ ਕਿ ਨਵੀਂ ਚੀਜ਼ ਨੂੰ ਉਵੇਂ ਅਕਸੈਪਟ ਨਾ ਕਰੀਏ, ਪਰ ਵਰਚੁਅਲ ਟੈਕਸਟ ਆ ਜਿਹੜੀ ਉਹਦੀ ਅੱਜ ਵੀ ਖੂਬਸੂਰਤ ਕਿਤਾਬ ਖੂਬਸੂਰਤ ਦਿਖਾਈ ਦਿੰਦੀ ਆ, ਤੇ ਕੁਲਦੀਪ ਦੀਪ ਹੋਰੀ ਜਿਵੇਂ ਮੈਨੂੰ ਦਿਖਾਈ ਕੰਪਿਊਟਰ ਤੇ ਦਿੰਦੇ ਆ, ਉਵੇਂ ਦੂਜਿਆਂ ਨੂੰ ਦਿਖਾਈ ਦਿੰਦੇ ਆ। ਵਰਚੁਅਲ ਟੈਕਸਟ ਦੀ ਟਾਈਟਲ ਤੋਂ ਲੈ ਕੇ ਆਖਰੀ ਸ਼ਬਦ ਤੱਕ, ਅਸੀਂ ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦੇ ਵੀ ਉਹਨਾਂ ਦੀ ਹਰ ਕਿਤਾਬ ਵੱਖਰੀ ਹੁੰਦੀ ਸੀ, ਲੇਕਿਨ ਕੰਪਿਊਟਰ ਜਦੋਂ ਡਿਵਾਈਸ ਬਦਲੇਗਾ ਉਦੋਂ ਚੀਜ਼ਾਂ ਬਦਲਣਗੀਆਂ ਔਰ ਉਦੋਂ ਸਾਰੀਆਂ ਕੋਦਾਂ ਬਦਲ ਜਾਣਗੀਆਂ, ਲੇਕਿਨ ਉਹ ਵਾਲੀ ਕਲਾ, ਉਹ ਵਾਲੀ ਅਸਥੈਟਿਕ ਸੈਂਸ, ਉਹ ਵਾਲੀ ਕਿਰਤ, ਉਹ ਵਾਲੀ ਸੂਖਮਤਾ ਜਿਹੜੀ ਆ ਉਹ ਹੱਥ ਦੀ ਕਿਰਤ ਦੇ ਵਿੱਚ ਹੁੰਦੀ ਆ, ਉਹ ਮੈਨੂਫੈਕਚਰਿੰਗ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਰਵਾਇਤੀ ਟੈਕਸਟ ਆ ਜਿਹੜੀ, ਇਟ ਵਿਲ ਬੀ ਬੈਟਰ ਦੈਨ ਦਾ ਵਰਚੁਅਲ ਟੈਕਸਟ। ਬਹੁਤ ਖੂਬਸੂਰਤ ਗੱਲ ਕੀਤੀ ਹੈ ਸਰ, ਵਿੰਡੋ ਟੈਪ ਹੋ ਸਕਦੀ ਹੈ,
विंडो डिस्कनैक्ट हो सकती है पर किताबां करप्ट नहीं होंदियां, किताबां डिस्कनैक्ट नहीं होंदियां, किताबां नूं असीं छूने आ, किताबां नूं टच करने आ, किताबां नूं असीं छाती ते धर के सौं जाने आ, किताबां सानूं निग दिंदियां ने, किताबां सानूं मोह दिंदियां ने। सचमुच जिहड़ी रवायती टैक्सट है ओह उहदा बदल वर्चुअल टैक्सट नहीं, हाँ रूप ने बदलना होंदा हमेशा ते रूप बदल रहा है। आपां अगे अगे चलदे आ सर, इस तों अगला मेरा सवाल मैं तुहाडे तों इह जानना चाहुंदा कि कोई दौर से साहित साडी जिंदगी दा हिस्सा सी, चाहे वह गुरु ग्रंथ साहब दे रूप रूप दे विच सी, चाहे वारिस शाह दी हीर दे रूप दे विच सी, चाहे बुल्ले शाह दीआं काफ़ियां दे रूप दे विच सी, पर हौली हौली कुछ देर बाद एक सदी बाद जिहड़ा साहित है उह पैरां तक सीमित होना शुरू होया। पाठक भी एक होर लेयर है, साहित भी एक होर लेयर है, विचकार बहुत सारियां चीजां लज्जर गायकी बढ़ गई, विचकार टैलीविजन बढ़ गया, विचकार इंटरनेट आके बढ़ गया, विचकार ऑर्केस्ट्रा आके बढ़ गए। ये जिहड़ा हैगा कि साहित ते पाठक दे दरम्यान जिहड़े फासले बढ़ रहे ने, ते इहनूं होर चीजां भर रहियां ने आके। असीं क्योंकि साहित्यकार हाँ, सानूं इह समझणा पऊगा कि कित्थे फर्क रहे ने सारियां इहनां गल्लां। डॉक्टर साहब जिहड़ा तुसीं सवाल कीता, सवाल एक्चुअली कोरोना दे पीरियड च नहीं पैदा है, पिछले लगभग 25-30 साल तो पंजाबी चिंतन दे विच, पंजाबी सेमिनारां दे विच, गोष्ठियां दे विच आम एक सवाल उठदा कि पाठक साहित नालों टुट रहा जां पाठक बहुत घट रहा है। जी जी जी, इहदे बारे कोई दो रामा नहीं जी, इहदे बारे मैं बहुत लंबी चौड़ी चर्चा कर सकदा, पर मैं दो तीन इशू ही इस विच छोड़ना चाहांगा जिहड़ा तुहाडा सवाल आ जी। पहला तो मैं एक संकेतक तौर पर कहना चाहना, टैरी इगलटन ने एक किताब लिखी, अमरीका इंग्लैंड का बहुत वड्डा आलोचक है साडा जी, एक किताब है हाउ टू रीड ए पोएम जी जी, कप्तान पढ़िए कि नहीं, क्या बात। ओदी भूमिका दे विच एक गल लिखदा, मैं जिन्ने भी साथी जुड़े हुए हैं उन्हां नाल मैं ये सांझी करनी, वो कहना भी थोड़ी कविता पाठक पढ़े के जी, पाठक बारे तो है ही कुछ नहीं जी, जी। लेखक अपनी गल करदा, मेरा लेखक च की इंटरस्ट, लेखक च मेरा उदो इंटरस्ट होना जो लेखक मेरी भी गल करेगा। साडा साहित जिहड़ा 90s तो बाद दा, 90 दे दौर तो बाद दा, उहदे च लेखक अपनी दा गल करी तुरिया जा रहा जी, उहदे च मनुख ते समाज गैर हाजिर हो गया। एक तो यह गल दी जी जी, जी। दूजी गल मैं कहना चाहना भी ये अपने आप नहीं गैर हाजिर होया, 90 तो बाद दियां जिहड़ियां दुनिया दे विच सनैरियो सारा बदलिया, उस बदले हुए सनैरियो दे विच जिहड़ा मनुख आ बंदा जी, ओह वस्तुआं दा तां शदाई हो गया, वस्तुआं दा तां गुलाम हो गया, पर किताब ते शब्द दा गुलाम नहीं होया, जिहड़ा इक संकट पैदा हो रहा जी जी। पंजाबी मतलब हर कल्चर दे विच कल्चर दियां अपनियां बड़ियां विशेषतां, ਪੰਜਾਬੀ ਬੜੇ ਕਲਚਰ ਦੇ ਬਾਰੇ ਆਪਣੀਆਂ ਵਡਿਆਈਆਂ ਕਰਦੇ ਆ। ਪੰਜਾਬੀਆਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਮੈਂ ਹਿੰਦੁਸਤਾਨ ਦੀ ਗੱਲ ਕਰ ਰਿਹਾ, ਆਮ ਗੱਲ ਕਰਦੇ ਆ ਕਿ ਬੰਗਾਲੀ ਕਿਤਾਬ ਖਰੀਦਦਾ, ਪੰਜਾਬੀ ਸ਼ਰਾਬ ਖਰੀਦਦਾ, ਆਮ ਗੱਲ ਆ, ਮਾਫ਼ ਕਰਿਓ ਮੈਨੂੰ ਦੋਸਤ ਮਾੜਾ ਨਾ ਸਮ, ਹਰ ਮਿਡਲ ਕਲਾਸ ਬੰਗਾਲੀ ਦੇ ਘਰ ਚ ਇੱਕ ਕਿਤਾਬਾਂ ਦੀ ਲਾਇਬ੍ਰੇਰੀ ਹੋਏਗੀ, ਚਾਹੇ 20 ਕਿਤਾਬਾਂ, ਲੇਕਿਨ ਪੰਜਾਬੀ ਦੇ ਘਰੇ ਨੀ ਹੋਏਗੀ, ਮਾਫ਼ ਕਰਨਗੇ ਬਹੁਤ ਸਾਰੇ ਦੋਸਤ। ਇਹ ਤਾਂ ਸਾਡੇ ਕਲਚਰ, ਮੈਂ ਇਹ ਨਹੀਂ ਕਹਿੰਦੇ ਸਾਡੇ ਪੰਜਾਬੀ ਹੋਣ ਵਾਲਿਆਂ 'ਚ ਪੈਦਾ ਹੋਈ ਆ, ਇਹਦੀਆਂ ਬੜੀਆਂ ਜੜ੍ਹਾਂ ਪਿੱਛੇ ਨੇ, ਜਿਵੇਂ ਸਾਡੇ ਕੋਲ ਵੀ ਖਾਧਾ ਪੀਤਾ ਲਾਹੇ ਦਾ ਰਹਿੰਦਾ, ਅਹਿਮਦ ਸ਼ਾਹੇ ਦਾ ਫਰੰਟੀਅਰ ਸਟੇਟ ਸੀ, ਲੜਨਾ ਪੈਂਦਾ ਸੀ, ਸਾਡੇ DNA ਦੇ ਵਿੱਚ ਇਹ ਚੀਜ਼ਾਂ ਵੜ ਗਈਆਂ, ਹੌਲੀ 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 ਅਸੀਂ ਉਸ ਤਰ੍ਹਾਂ 90 ਤੋਂ ਬਾਅਦ ਉਸ DNA ਨੇ ਪੂਰਾ ਰੂਪ ਇਹ ਲੈ ਲਿਆ ਕਿ ਅਸੀਂ ਬੰਦੇ ਦੀ ਕੀਮਤ ਵਸਤੂਆਂ ਨਾਲ, ਚੀਜ਼ਾਂ ਨਾਲ, ਘਰ ਨਾਲ, ਕਾਰਾਂ ਨਾਲ, ਇਹਨਾਂ ਨਾਲ ਲੱਗ ਗਏ। ਇਹ ਨਹੀਂ ਦੇਖਿਆ ਕਿ ਬੰਦਾ ਅਕਲ ਦੇ ਤੌਰ ਤੇ ਕਿੰਨਾ ਵਧੀਆ ਨੇ, ਕਿਹੜੀ ਖੂਬਸੂਰਤ ਕਿਤਾਬ ਪੜ੍ਹੀ ਆ ਇਹਦੇ ਵੱਲ ਜੀ। ਇਸੇ ਕਰਕੇ 90 ਤੋਂ ਬਾਅਦ ਮਾਫ ਕਰਿਓ ਸੋਸ਼ਲ ਸਾਇੰਸਿਸ ਤੇ ਲੈਂਗੁਏਜ ਤੇ ਕਲਚਰ ਦਾ ਗ੍ਰਾਫ ਬਿਲਕੁਲ ਡਿੱਗ ਗਿਆ, ਟੈਕਨੀਕਲ ਲੈਂਗੁਏਜ ਤੇ ਦੂਜੀਆਂ ਦਾ ਵੱਧ, ਟੈਕਨੀਕਲ ਸਬਜੈਕਟਸ ਦਾ ਵੱਧ ਗਿਆ, ਬੱਚੇ ਨੂੰ ਇੰਜੀਨੀਅਰ ਬਣਾ ਲਓ, ਬੱਚੇ ਨੂੰ ਡਾਕਟਰ ਬਣਾ ਲਓ, ਬੱਚੇ ਨੂੰ ਪ੍ਰੋਫੈਸ਼ਨਲ ਬਣਾ ਲਿਓ, ਬੱਚੇ ਨੂੰ ਨਾ ਸੋਸ਼ਲ ਸਾਇੰਟਿਸਟ ਬਣਾਓ, ਬੱਚੇ ਨੂੰ ਨਾ ਇਕੋਨੋਮਿਸਟ ਬਣਾਓ, ਬੱਚੇ ਨੂੰ ਸਾਹਿਤਕਾਰ ਬਣਾਉਣਾ ਤਾਂ ਦੂਰ ਦੀ ਗੱਲ ਆ, ਬਿਲਕੁਲ ਥੱਲੇ ਚੱਲਿਆ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ, ਇਸ ਕਰਕੇ ਜਿਹੜਾ ਪਾਠਕ ਤੇ ਸਾਹਿਤ ਦਾ ਅੰਤਰ, ਸੋਰੀ ਹਾਂ, ਸਾਹਿਤ ਤੇ ਪਾਠਕ ਦੇ ਅੰਤਰ ਦੀ ਤੁਸੀਂ ਗੱਲ ਕੀਤੀ ਆ, ਇਹਨੂੰ ਇੰਨੀ ਛੇਤੀ ਨਹੀਂ ਆਪਾਂ ਸੰਖੇਪ 'ਚ ਗੱਲ ਕਰ ਸਕਦੇ, ਇਹਦੀਆਂ ਜੜ੍ਹਾਂ ਬਹੁਤ ਦੂਰ ਤੱਕ ਆ, ਕੰਜ਼ਿਊਮਰਿਜ਼ਮ ਇਸਦਾ ਬਹੁਤ ਵੱਡਾ ਕਾਰਨ ਜੀ। ਬਿਲਕੁਲ ਬਿਲਕੁਲ,
कुछ गलतियां साडे तों होईयां ने, कुछ गलतियां वक्त ने इतिहास ने सानू दित्तियां ने, क्योंकि असी चिंतन की परंपरा तो बाद खाड़कू परंपरा के लंघे, लड़ाइया की परंपरा चो लंघे, उसके नाल भी बहुत कुछ होया, पर यह गैप पूरा होना चाहिए। मैं अगली गल वाल आ रहा सर, इस संकट काल के दौरान मैं नौजवान पीढ़ी की गल करता हूँ। नौजवान पीढ़ी पहला तो ही इंटरनेट नाल बहुत जुड़ी हुई है, पर संकट काल दे विच क्योंकि वह घर दे विच कैद होगी, उहदे कोल होर कोई बदल ही नहीं सी इस गल दा। ते मैं अक्सर मेरे स्टूडेंट नाल कुछ नाल गल करता रहा, वह कहिंदे जी 1.5 GB डेटा हुंदा उह 10 बजे नूं मुक जांदा जी, ते फिर होर झाक करदे हां असीं वी होर डेटा आवे साडे कोल, ते पहला 1.5 GB डेटा इक दिन चल जांदा सी। मतलब कहने का भाव यह है कि 1.5 GB वाली जनरेशन बारे आप गल करिए कि इस जनरेशन दे की सरोकार ने, यह जनरेशन समाजिक सरोकारां नाल टुट रही है, जे टुट रही है तो क्यों टुट रही है, साडियां गलतियां कितने ने इहदे विच। एक गल वीर जी मैं एक गल कहनी जरूर चाहूंगा कि कई बार असी यह सोचने लग जाने कि नवी पीढ़ी सोशल कंसर्न नालों टुट रही है, सानू यह समझना चाहिए, मैनू यह लगता मे भी आने वाले समय च गलत भी हो सकता ठीक भी हो सकता, भी सानू यह सोचना चाहिए कि सोशल कंसर्न तो नहीं बदल गए, असी पीढ़ी नूं ना उन्ना इल्जाम देके जे सोशल कंसर्न बदले आ तो पीढ़ी ते सोशल कंसर्न दी डायलैक्ट आ उहदे विचों पीढ़ी भी बदलेगी ते सोशल कंसर्न भी बदलेगा। जे असी कहीए वी सोशल कंसर्न तो डॉक्टर दीप वाले मैडम सरबजीत सोहल वाले ते डॉक्टर सरबजीत वाले रहन 1980-90 वाले ते पीढ़ी 2020 वाली होवे, मेरा ख्याल है ये नहीं चलना। ऑनलाइन जिहड़ी तुसीं गल कीती आ उह बिलकुल ठीक आ, एक तो यह सीगा कि ये पहले लोग बहुत जुड़े हुए सी, साडी नौजवान पीढ़ी तो बहुत ज्यादा जुड़ी हुई सी, पर लॉकडाउन ने होर कोई रस्ता नहीं छड़िया एक दूसरे दे नाल जुड़न दा, या अपने आप नूं किस देखो बंदे अंदर एनर्जी है, तुसीं एनर्जी कितें भी कढ़नी आ, आपां हुण एक घंटा बहस कर रहे हैं, आपां अपनी एनर्जी इत्थे कढ़ रहे हैं, हुण इह इन्नी एनर्जी किसी दूजे बंदे च जिहड़ा अपने नाल मीडिया च नहीं, उहदे कोल दूजे ढंग आ उहनूं उत्थे। सो इस करके एक तो सोशल कंसर्न ते एक एनर्जी वाला जिहड़ा मसला इहदे उत्ते ध्यान देने की बहुत जरूरत है। तीजी गल इह आ कि कैपिटलिज्म ने बंदे नूं डायलॉग नालों तोड़िया जी, पर यह डायलॉग तो टुटन तो असी 80s दे दौर च लग गए सी, बंदा काम करके आउंदा घरे आ गया, घरे आ गया टीवी ला लिया, किसी ने गल नहीं किसी ने बन नहीं, टीवी देखा रोटी खाधी अपना किया तो पै गया, तो सवेरे क्योंकि एक वन वे ट्रैक हो गया। हुण उह वन वे ट्रैक नूं लॉकडाउन ने एक ऐसी स्पेस देती भी हुण दसो उह बंदा टीवी तो हटदा मोबाइल ते लग जांदा, मोबाइल तो हटदा नैटफलिक्स ते चलिया, नैटफलिक्स तो हटदा। सो इस करके एक तां इह आ, दूजी गल जिहड़ी नवीं पीढ़ी है, मैनूं लगदा कि नवीं पीढ़ी बारे सानूं इह गल समझ लैणी चाहीदी आ कि नवीं पीढ़ी दे सुपने आ जिहड़े उह समाजिक तब्दीली दे नहीं रहे, नवीं पीढ़ी दे जिहड़े सुपने आ ਉਹ ਸਮਾਜ ਨੂੰ ਆਪਣੇ ਮੁਤਾਬਕ ਢਾਲਣ ਦੇ ਬਣ ਗਿਆ। ਇਹ ਗੱਲ ਨੂੰ ਸਵੀਕਾਰ ਕਰਨਾ ਪੈ ਜਾਣਾ, ਹੁਣ ਨਹੀਂ ਕਰਾਂਗੇ ਥੋੜੀ ਦੇਰ ਬਾਅਦ ਕਰਾਂਗੇ। ਉਹਨਾਂ ਨੇ ਛੱਡ ਦਿੱਤਾ ਵੀ ਟੋਟਲ ਸੋਸ਼ਲ ਸੈਟਅਪ ਚੇਂਜ ਹੋ ਗਏ, ਉਹ ਕਹਿੰਦੇ ਸੋਸ਼ਲ ਸੈਟਅਪ ਦੇ ਵਿੱਚ ਮੈਂ ਬਿਹਤਰ ਕੀ ਕਰ ਸਕਦਾ, ਮੈਨੂੰ ਬਿਹਤਰ ਕੀ ਮਿਲ ਸਕਦਾ। ਇਹ ਕੰਸਰਨ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਆ। ਆਉਣ ਵਾਲੀਆਂ ਆਪਣੀ ਡਿਬੇਟਸ ਦੇ ਉੱਤੇ ਇਸ ਉੱਤੇ ਚਰਚਾ ਕਰੋ ਤਾਂ ਕਿ ਸਾਡੇ ਵਰਗੇ ਬੰਦਿਆਂ ਨੂੰ ਵੀ ਮਾੜੀ ਮੋਟੀ ਸੂਝ ਮਿਲ ਸਕੇ ਕਿ ਐਵੇਂ ਆਪਾਂ ਕਰੀ ਜਾਂਦੇ ਹਾਂ, ਰੱਦ ਕਰ ਦਿੰਦੇ ਹਾਂ, ਪਹਿਲਾਂ ਬਜ਼ੁਰਗਾਂ ਨੂੰ ਰੱਦ ਕਰਦੇ ਸੀ, ਹੁਣ ਨਵੀਂ ਪੀੜ੍ਹੀ ਨੂੰ ਰੱਦ ਕਰ ਰਹੇ ਹਾਂ, ਇਹ ਨਾ ਕਰੀਏ, ਸਮਝੀਏ, ਇਹਦੇ ਇਹਦੇ ਤੇ ਡਿਬੇਟ ਬਹੁਤ ਜ਼ਰੂਰੀ ਹੈ ਜੀ। ਹਾਂ ਬਿਲਕੁਲ, ਬਹੁਤ ਮਹੱਤਵਪੂਰਨ ਸਵਾਲ ਤੁਸੀਂ ਪੈਦਾ ਕੀਤਾ ਕਿ ਨਵੀਂ ਪੀੜ੍ਹੀ ਨਵੀਂ ਹੁੰਦੀ ਹੈ ਤੇ ਨਵੀਂ ਨੂੰ ਨਵੇਂ ਤਰੀਕੇ ਨਾਲ ਸਮਝਣਾ ਸਾਨੂੰ ਚਾਹੀਦਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਗੱਲਾਂ ਪਈਆਂ ਨੇ। ਮੈਂ ਕਿਉਂਕਿ ਨਵੀਂ ਪੀੜ੍ਹੀ ਨਾਲ ਕਾਫੀ ਜੁੜਿਆ ਹੋਇਆ ਤੇ ਮੈਂ ਇਹ ਦੇਖਦਾ ਕਿ ਜਿਹੜੇ ਬੱਚੇ ਨਵੀਂ ਪੀੜ੍ਹੀ ਤੇ ਕਿਤਾਬਾਂ ਵੀ ਪੜ੍ਹਦੇ ਨੇ ਨਾ, ਉਸ ਕਿਸਮ ਦੀਆਂ ਕਿਤਾਬਾਂ ਪੜ੍ਹਦੇ ਨੇ ਕਿ ਅਮੀਰ ਕਿਵੇਂ ਬਣੀਏ, ਜਾਂ ਉਸ ਕਿਸਮ ਦਾ ਜਿਹੜਾ ਲਿਟਰੇਚਰ ਆ ਰਿਹਾ ਹੈ, ਜਿਹੜਾ ਜਿਹੜਾ ਸਾਡਾ ਲਿਟਰੇਚਰ ਹੈ ਜਿਹਨੂੰ ਅਸੀਂ ਅਸਲ ਲਿਟਰੇਚਰ ਕਹਿੰਦੇ ਹਾਂ, ਇਸ ਲਿਟਰੇਚਰ ਨਾਲ ਨਵੀਂ ਪੀੜ੍ਹੀ ਉਵੇਂ ਨਹੀਂ ਜੁੜ ਰਹੀ ਹੈਗੀ। ਕੀ ਤੁਹਾਨੂੰ ਲੱਗਦਾ ਕਿ ਸਾਨੂੰ ਆਪਣਾ ਲਿਟਰੇਚਰ ਬਦਲ ਲੈਣਾ ਚਾਹੀਦਾ, ਜਾਂ ਨਵੀਂ ਪੀੜ੍ਹੀ ਦੀਆਂ ਸੋਚਣ ਦੀਆਂ ਦਿਸ਼ਾਵਾਂ, ਮੈਂ ਇਹ ਨਹੀਂ ਕਹਿੰਦੇ ਤਾਂ ਨਰਜ਼ੀ ਨਹੀਂ ਕੰਮ ਉਹਨੇ ਕਰਨਾ, ਉਹਦੇ ਆਪਣੇ ਸੁਪਨੇ ਨੇ, ਕਿ ਉਹਦੇ ਸੋਚਣ ਦੀਆਂ ਦਿਸ਼ਾਵਾਂ ਅਸੀਂ ਚੇਂਜ ਕਰੀਏ ਜਾਂ ਅਸੀਂ ਆਪਣੇ ਲਿਖਣ ਦੀਆਂ ਦਿਸ਼ਾਵਾਂ ਚੇਂਜ ਕਰੀਏ। ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਹੈ ਔਰ ਇਹਦੇ ਤੇ ਮੈਂ ਲਗਾਤਾਰ ਇੱਕ ਬੋਲਦਾ ਰਿਹਾ ਜੀ, ਇਸ ਗੱਲ ਤੇ ਬੋਲਦਾ ਰਿਹਾ ਵੀ ਜੇ ਅਸੀਂ ਕਹੀਏ ਨਾ ਵੀ 18-20 ਸਾਲ ਦਾ ਬੱਚਾ ਜਾ ਕੇ ਪੜ੍ਹਨਾ ਸ਼ੁਰੂ ਕਰੇਗਾ ਤਾਂ ਲਿਟਰੇਚਰ ਬਿਲਕੁਲ ਭੁੱਲ ਜਾਓ। ਐਕਚੁਅਲੀ ਗੱਲ ਇਹ ਆ ਦੀਪ ਜੀ, ਸਾਡੇ ਕੋਲੇ ਚਿਲਡਰਨ ਲਿਟਰੇਚਰ ਨਹੀਂ ਹੈ, ਨਹੀਂ ਹੈ ਬਿਲਕੁਲ। ਸਾਡਾ ਬਹੁਤ ਸਾਡਾ 99% ਸਾਹਿਤ ਸੀਰੀਅਸ ਆ, ਅਸੀਂ ਸਾਡਾ ਹਰ ਨਾਵਲਕਾਰ ਗੁਰਦਿਆਲ ਸਿੰਘ ਬਣਨਾ ਚਾਹੁੰਦਾ, ਹਰ ਕਵੀ ਪਾਤਰ ਬਣਨਾ ਚਾਹੁੰਦਾ, ਹਰ ਕਵੀ ਕਵੀ ਕਿਉਂ ਨਹੀਂ ਬਣਨਾ ਚਾਹੁੰਦਾ, ਬਿਲਕੁਲ।
ਚਿਲਡਰਨ ਲਿਟਰੇਚਰ ਸਾਡਾ ਬਹੁਤ ਕਮਜ਼ੋਰ ਆ, ਮਾਫ ਕਰਿਓ ਮੈਨੂੰ, ਸਾਡੇ ਜਿੰਨਾ ਚਿਲਡਰਨ ਲਿਟਰੇਚਰ ਆ ਨਾ, ਮੈਂ ਇਹਦੇ ਬਾਰੇ ਇੱਕ ਗੱਲ ਕਹਿਣਾ ਹੁੰਦਾ ਕਿ ਇਹ ਬਾਲਗਾਂ ਵੱਲੋਂ ਲਿਖਿਆ ਗਿਆ ਬਚਕਾਨਾ ਲਿਟਰੇਚਰ ਆ। ਕੀ ਬਾਤ, ਬਹੁਤ ਮਹੱਤਵਪੂਰਨ ਟਿੱਪਣੀ। ਇੱਕ ਇੱਕ 60 ਸਾਲ ਦਾ ਬੰਦਾ 4 ਸਾਲ ਦੇ 6 ਸਾਲ ਦੇ ਬੱਚੇ ਲਈ ਬਿਲਕੁਲ ਨਹੀਂ। ਜਦੋਂ ਤੱਕ ਤੁਸੀਂ ਬਾਲ ਲਿਟਰੇਚਰ ਬਿਹਤਰ ਪੈਦਾ ਨਹੀਂ ਕਰੋਗੇ, ਉਦੋਂ ਤੱਕ ਕਿਸ਼ੋਰ ਅਵਸਥਾ ਦਾ ਲਿਟਰੇਚਰ ਬਿਹਤਰ ਨਹੀਂ ਪੈਦਾ ਕਰੋਗੇ, ਬਾਲਗ ਅਵਸਥਾ ਦਾ ਚੰਗਾ ਲਿਟਰੇਚਰ ਪੈਦਾ ਕਰ ਲੋਗੇ, ਪੜ੍ਹਨ ਵਾਲਾ ਨਹੀਂ। ਜੀ ਜੀ ਜੀ। ਇਸ ਕਰਕੇ ਮਾਨਸਿਕ ਤੌਰ ਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ, ਔਰ ਸਾਹਿਤਕਾਰਾਂ ਨੂੰ ਇਸ ਗੱਲ, ਹਰ ਵੱਡੇ ਲੇਖਕ ਨੂੰ ਬਾਲ ਸਾਹਿਤ ਲਿਖਣਾ ਚਾਹੀਦਾ ਔਰ ਬਿਹਤਰ ਲਿਖਣਾ। ਇੱਕ ਤਾਂ ਇਹ, ਨੰਬਰ 2, ਸਾਡੇ ਸਾਹਿਤ ਦੀ ਵਿਵਧਤਾ ਦੀਪ ਜੀ ਬਹੁਤ ਘੱਟ ਆ, ਮਾਫ ਕਰਿਓ, ਸਾਡੇ ਵਿਅੰਗ ਲੇਖਨ ਆ ਜਿਹੜਾ ਉਹ ਹਾਸ ਰਸ ਹੀ ਆ, ਵਿਅੰਗ ਲੇਖਣ ਦੇ ਤੱਕ ਅਸੀਂ ਜਾਂਦੇ ਨਹੀਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਲਿਖਤ ਚੋਂ ਬੰਦਾ ਹੱਸ ਲੇ, ਉਹਨੂੰ ਅਸੀਂ ਵਿਅੰਗ ਸਾਹਿਤ ਸਮਝ ਲੈਂਦੇ। ਵਿਅੰਗ 'ਚ ਵਿਅੰਗ ਹੁੰਦੇ ਹੀ ਨਹੀਂ, ਦੋ ਅਰਥੀ ਡਾਇਲੋਗ ਹੁੰਦਾ ਹੀ ਨਹੀਂ, ਮਤਲਬ ਸ਼ਾਇਰ ਤੇ ਹਾਸ ਰਸ ਜਿਹੜਾ ਇਹਨਾਂ 'ਚ ਬੜਾ ਫਰਕ ਹੈ। ਸੋ ਇਸ ਕਰਕੇ ਸਾਡੇ ਸਾਹਿਤ ਦੀ ਵਿਵਧਤਾ ਬਹੁਤ ਘੱਟ ਆ, ਇਹ ਜਿਹੜੀ ਵਿਵਧਤਾ ਜਦੋਂ ਤੱਕ ਘੱਟ ਰਹੇਗੀ ਉਦੋਂ ਤੱਕ ਇਹ ਸੰਕਟ ਗੰਭੀਰ ਹੁੰਦੇ ਚਲੇ ਜਾਣਗੇ। ਕਿਉਂਕਿ ਸਾਨੂੰ ਚਿਲਡਰਨ ਲਿਟਰੇਚਰ ਬਾਰੇ, ਕਿਸ਼ੋਰ ਅਵਸਥਾ ਦੇ ਲਿਟਰੇਚਰ ਬਾਰੇ ਔਰ ਵਿਅੰਗ ਸਾਹਿਤ ਬਾਰੇ ਖਾਸ ਕਰਕੇ, ਬਹੁਤ ਖਾਸ ਕਰਕੇ ਵਿਅੰਗ ਸਾਹਿਤ ਸਾਨੂੰ ਇਸ ਸੰਕਟ ਚੋਂ ਕੱਢ ਸਕਦਾ, ਉਸੇ ਤਰ੍ਹਾਂ ਜਿਵੇਂ ਯਥਾਰਥਵਾਦੀ ਸਾਹਿਤ ਦੇ ਸੰਕਟ ਨੂੰ ਦਲਿਤ ਸਾਹਿਤ ਨੇ ਹਿੰਦੁਸਤਾਨ ਦੇ ਸਾਹਿਤ ਨੂੰ ਬਾਹਰ ਕੱਢਿਆ ਸੀ, ਇਸ ਸਮੇਂ ਵਿਅੰਗ ਸਾਹਿਤ ਉਸਨੂੰ ਬਾਹਰ ਕੱਢ ਸਕਦਾ। ਮੈਨੂੰ ਡਾਕਟਰ ਸਾਹਿਬ ਦੋ ਸਵਾਲ ਮੈਂ ਤੁਹਾਨੂੰ ਕਰਨੇ ਨੇ, ਹੋਰ ਇੱਕ ਸਵਾਲ ਇਹ ਹੈ ਕਿ ਇੱਕ ਲਿਟਰੇਚਰ ਜਿਹੜਾ ਜਿਹੜਾ ਮੁੱਖ ਧਾਰਾ ਦਾ ਸਾਹਿਤ ਹੈ ਉਹ ਹੈ, ਤੇ ਇੱਕ ਲਿਟਰੇਚਰ ਫੇਸਬੁੱਕ ਰਾਹੀਂ ਤੇ ਸੋਸ਼ਲ ਮੀਡੀਆ ਰਾਹੀਂ ਸਾਡੇ ਕੋਲ ਆ ਰਿਹਾ ਹੈ। ਬਹੁਤ ਵਾਰ ਮੈਂ ਦੇਖਿਆ ਕਿ ਸਾਡੇ ਜਿਹੜੇ ਵਿਦਵਾਨ ਨੇ ਨਾ ਉਹ ਫੇਸਬੁੱਕ ਵਾਲੇ ਲਿਟਰੇਚਰ ਨੂੰ ਅਕਸੈਪਟ ਨਹੀਂ ਕਰਦੇ ਹੈਗੇ, ਉਹਨੂੰ ਸਵੀਕਾਰ ਨਹੀਂ ਕਰਦੇ, ਉਹਨੂੰ ਰੱਦ ਕਰਦੇ ਨੇ ਤੇ ਉਹਦਾ ਮਜ਼ਾਕ ਉਡਾਉਂਦੇ ਨੇ। ਮੈਨੂੰ ਇਹ ਲੱਗਦਾ ਕਿ ਫੇਸਬੁੱਕ ਨੇ ਆਮ ਆਦਮੀ ਨੂੰ ਇੱਕ ਐਕਸਪੋਜ਼ਰ ਦਿੱਤਾ ਹੈ ਤੇ ਉਹ ਚਾਹੇ ਕੱਚ ਘੜ ਲਿਖਦਾ, ਕਹਾਣੀਆਂ ਲਿਖਦਾ, ਕਵਿਤਾਵਾਂ ਲਿਖਦਾ, ਤੁਕਬੰਦੀ ਕਰਦਾ, ਉਹ ਘੱਟੋ ਘੱਟ ਸਾਡੇ ਏਰੀਆ ਦਾ ਏਰੀਆਸ ਦੇ ਵਿੱਚ ਦਖਲ ਤੱਕ ਹੋ ਰਿਹਾ ਨਾ ਉਹ, ਤੁਹਾਨੂੰ ਕੀ ਲੱਗਦਾ ਇਸ ਬਾਰੇ? ਇੱਕ ਤਾਂ ਮੈਂ ਇੱਕ ਗੱਲ ਇਹ ਕਹਿੰਦਾ ਕਿ ਪਹਿਲਾਂ ਕਿਤਾਬ ਨੇ ਹਰ ਲੇਖਕ ਨੂੰ ਜਿਹਦੇ ਕੋਲ ਪੈਸੇ ਸੀ ਉਹਨੂੰ ਛਪਣ ਯੋਗ ਲੇਖਕਾਂ ਦੇ ਵਿੱਚ ਲੈ ਆਉਂਦਾ ਸੀ, ਜਿਹਦੇ ਕੋਲ 20-25 ਹਜ਼ਾਰ ਰੁਪਈਆ ਉਹਨੇ ਪੈਸੇ ਦਿੱਤੇ ਤੇ ਕਿਤਾਬ ਛਾਪ ਲਈ। ਹੁਣ ਸੋਸ਼ਲ ਮੀਡੀਆ ਨੇ ਇੱਕ ਉਸ ਬੰਦੇ ਨੂੰ ਵੀ ਮੁਹੱਈਆ ਕਰ ਦਿੱਤਾ ਮੰਚ ਵੀ ਮੇਰੀ ਕੋਈ ਕਵਿਤਾ ਜਿਹੜੀ ਉਹ ਮੈਗਜ਼ੀਨ ਨਹੀਂ ਛਾਪਦਾ, ਮੇਰੀ ਕਵਿਤਾ ਕਿਤੇ ਹੋਰ ਨਹੀਂ ਛਪਦੀ ਜਾਂ ਹੋਰ ਨਹੀਂ ਛਪਦੀ, ਤੇ ਮੈਂ ਸੋਸ਼ਲ ਮੀਡੀਆ ਤੇ ਇਹਨੇ ਪਤਾ ਕੀਤਾ। ਪਰ ਸੋਸ਼ਲ ਮੀਡੀਆ ਨੇ ਇੱਕ ਇੱਕ ਸੰਕਟ ਜਿਹੜਾ ਖੜਾ ਕੀਤਾ ਉਹ ਇਹ ਕੀਤਾ ਕਿ ਜਿਹੜੀ ਰਿਸਪੋਂਸੀਬਿਲਟੀ ਸੀ ਲਿਖਤ ਦੀ ਉਹ ਖਤਮ ਹੋ ਗਈ। ਮਤਲਬ ਤੁਸੀਂ ਕੱਚ ਘਰੜ ਲਿਖਦੇ ਹੋ ਉਹ ਵੀ ਉਹਦੇ ਤੇ ਆ, ਸੀਰੀਅਸ ਲਿਖਦੇ ਹੋ ਉਹਦੇ ਤੇ ਵੀ ਆ, ਔਰ ਕਈ ਵਾਰ ਤੁਸੀਂ ਫੇਸਬੁੱਕ ਦੇਖੋ ਪਾਉਂਦਾ ਕੋਈ ਕੁਛ ਹੋਰ ਆ ਤੇ ਉੱਥੇ ਕੋਈ ਕੁਛ ਬੋਲਦਾ, ਕੋਈ ਗਾਲਾਂ ਦੀ ਝੜੀ ਲਾ ਦਿੰਦਾ, ਫੇਸਬੁੱਕ ਨੂੰ ਨੋਨ ਸੀਰੀਅਸ ਪਲੈਟਫਾਰਮ ਬਣਾ ਦਿੰਦਾ। ਜੀ ਜੀ। ਤੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਗਰੁੱਪ ਕੋਈ ਬਣਾਉਂਦੇ ਹੋ ਕਿ ਇਹਦੇ ਤੇ ਆਹ ਚੀਜ਼ ਹੋਏਗੀ, ਉਹਦੇ ਵਿੱਚ ਵਾਪਰਨ ਕੁਝ ਹੋਰ ਲੱਗ ਜਾਂਦਾ। ਬਿਲਕੁਲ। ਮਾਫ਼ ਕਰਨਾ, ਪਿੱਛੇ ਔਲਖ ਸਾਹਿਬ ਬਾਰੇ ਤੁਸੀਂ ਗਰੁੱਪ ਬਣਾਇਆ ਸੀ, ਤੁਹਾਨੂੰ 20 ਵਾਰ ਕਹਿਣਾ ਪਿਆ ਵੀ ਆਹ ਕੰਮ ਨਾ ਆਹ ਕਰੋ, ਉਹਦੇ ਤੇ ਇਹ ਪਾਉਣਾ ਕਿ ਸਿੱਖ ਰੈਫਰੈਂਡਮ ਬਾਰੇ ਇਸ ਸਾਈਟ ਤੇ ਜਾਓ, ਔਲਖ ਤੇ ਸਿੱਖ ਰੈਫਰੈਂਡਮ ਕਹਿਣ ਦਾ ਮਤਲਬ ਇਹ ਜਿਹੜੀ ਆਖਰ ਬੰਦ ਕਰਨੇ ਪਏ ਕਮੈਂਟ ਸਾਰੇ, ਆਖਰ ਬੰਦ ਕਰਨਾ ਪਿਆ। ਸੋ ਇਸ ਕਿਸਮ ਦੀ ਜਿਹੜੀ ਗੈਰ ਜ਼ਿੰਮੇਵਾਰਾਨਾ ਗੱਲ ਆ ਉਹ ਸੋਸ਼ਲ ਮੀਡੀਆ ਨੇ ਇਸ ਉੱਤੇ ਚੈੱਕ ਨਹੀਂ ਕੀਤਾ ਹੈ। ਪਰ ਇਸੇ ਸੋਸ਼ਲ ਮੀਡੀਆ ਤੇ ਜਦੋਂ ਜੇ ਲਖਵਿੰਦਰ ਜੌਹਲ ਹੋਣੀ, ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਉਹ ਪਿੱਛੇ ਤੋਂ ਕਾਵਿ ਲੋਕ ਪਾਉਂਦੇ ਆ ਔਰ ਮੈਨੂੰ ਸਵੇਰੇ ਆ ਜਾਂਦਾ, ਮੈਂ ਉਸਤੋਂ ਪੜ੍ਹਦਾ। ਅਤੇ ਜੇ ਸਰਜੀਤ ਹੋਰਾਂ ਦੀ ਬਹੁਤ ਉੱਚੀ ਕਵਿਤਾ ਸੀ, ਜੌਹਲ ਦੀਆਂ ਬਹੁਤ ਅੱਛੀਆਂ ਗਜ਼ਲਾਂ ਇਸ ਦੌਰ ਦੇ ਵਿੱਚ ਛਪੀਆਂ, ਕਰੋਨਾ ਦੇ ਉੱਤੇ ਜ਼ਫਰ ਦੀ ਕਵਿਤਾ ਬਹੁਤ ਅੱਛੀ ਸੀ, ਅਕਵਿੰਦਰ ਦੀ ਗਜ਼ਲ ਦੇ ਬਹੁਤ ਅੱਛੇ ਸ਼ੇਰ ਸੀ। ਇਹ ਨਹੀਂ ਹੈ ਉਹ ਨਹੀਂ ਹੈ, ਪਰ ਗੱਲ ਇਹ ਹੈ ਕਿ ਜਦੋਂ ਬਹੁਤ ਸਾਰਾ ਇਰਰਿਸਪੋਂਸੀਬਲ ਸਾਹਿਤ ਆ ਜਾਂਦਾ ਉਹਦੇ ਚੋਂ ਸੀਰੀਅਸ ਲਿਟਰੇਚਰ ਆ ਜਿਹੜਾ ਉਸਦਾ ਨੋਟਸ ਲੈਣਾ ਲੋਕ ਬੰਦ ਕਰ ਦਿੰਦੇ, ਇਹ ਜਿਹੜਾ ਇਹਨੂੰ ਕਿਵੇਂ ਨਾ ਕਿਵੇਂ ਸਮਝਣ ਦੀ ਜ਼ਰੂਰਤ ਆ। ਹੁਣ ਸੋਸ਼ਲ ਮੀਡੀਆ ਤੇ ਮੈਂ ਇੱਕ ਕਵਿਤਾ ਨੂੰ ਲਗਾਤਾਰ ਪੜ੍ਹਦਾ ਰਿਹਾ, ਗੌਤਮ ਪ੍ਰਕਾਸ਼ ਦੀ ਕਵਿਤਾ, ਆ 2-3 ਨੈਸ਼ਨਲ ਲੈਵਲ ਦੇ ਸੈਮੀਨਾਰ ਹੋਏ, ਉਹਨਾਂ 'ਚ ਮੈਂ ਕਵਿਤਾ ਪੜ੍ਹੀ ਵੀ ਇਹ ਮਜ਼ਦੂਰ ਹੈ ਬਿਹਾਰ ਕੇ, ਨਾ ਕਿਸੀ ਕੇ ਨਾ ਕਿਸੀ ਸਰਕਾਰ ਕੇ, ਬਹੁਤ ਲੰਮੀ ਕਵਿਤਾ, ਉਹ ਸੋਸ਼ਲ ਮੀਡੀਆ ਦੇ ਉੱਤੇ ਆਈ ਕਵਿਤਾ। ਬਿਲਕੁਲ, ਸੋਸ਼ਲ ਮੀਡੀਆ ਦੇ ਆਈ ਕੋਈ ਕਵਿਤਾ ਸੀ ਕਿ ਮਜ਼ਦੂਰ ਜਾ ਰਿਹਾ, ਉਹ ਕਹਿ ਰਿਹਾ ਕਿ ਆਪ ਮੇਰੇ ਕੋਲ ਜਾਣੇ ਦੋ, ਮੈਨੇ ਆਪਕੇ ਮਹਿਲ ਉਸਾਰੇ ਹੈ, ਇਤਨੀ ਇਤਨੀ ਬਿਲਡਿੰਗੇ ਉਸਾਰੀ ਹੈ, ਲੇਕਿਨ ਮੈਂ ਸੜਕ ਪੇ ਥਾ, ਅਬ ਘਰ ਕੋ ਜਾ ਰਹਾ ਹੂੰ, ਮੇਰੇ ਕੋ ਸੁਰੱਖਿਅਤ ਜਾਣੇ ਦੋ,
वापस आऊंगा, फिर आपके महल, आपकी सड़कें और आपके ये घर द्वार बनाऊंगा। बहुत अच्छी मतलब हर आदमी फेसबुक ते आ गया, हर आदमी को एक्सपोजर है, इस करके सारी नॉन सीरियसनेस उस प्लेटफॉर्म ते आ गई। दूजी गल मैनू यह लगती है कि मैं भी चलो पिछले समय दे विच तजर्बा कीता, मैं 7 दिन 60 आर्टिकल लिखे फेसबुक दे उत्ते। जे तुसीं अच्छा लोकां तक लैके जाणे ना, तुहानूं इक नवां पाठक वर्ग मिलदा जिहड़ा जिहड़ा किताबां दे नाल उवें नहीं जुड़िया हैगा, उत्थों तुहाडे लिटरेचर नाल जुड़ रहे। ये मैं एक नवी चेंज जी फेसबुक राही या सोशल मीडिया राही जरूर देखी है कि वह लोग जिहड़े वैसे साडियां किताबां नाल नहीं जुड़े हैगे, पर वह तुहाडियां किरतां राही, तुहाडियां कवितावां राही, कहानियां राही, लेखां राही दुबारा साडे नाल जुड़ रहे ने, साहित नाल जुड़ रहे। ਇਹ ਦੀਪ ਜੀ ਮੈਂ ਤੁਹਾਡੀ ਗੱਲ ਨਾਲ 110% ਇਸ ਲਈ ਸਹਿਮਤ ਹਾਂ ਕਿ ਜਿੱਥੇ ਬਹੁਤ ਅੱਛੇ ਵਾਰਤਕ ਦੇ ਪੀਸ ਆ ਰਹੇ ਆ ਜੀ, ਉਹਦੇ ਨਾਲ ਜੁੜ ਰਹੇ ਆ, ਕਪਤਾਨ ਨਾਲ ਨਹੀਂ ਉਵੇਂ ਜੁੜ ਰਹੇ, ਪਤਾ ਨਹੀਂ ਜਾਂ ਮੇਰੀ ਮੇਰੀ ਆਪਣੀ ਸਮਝ 'ਚ ਕਮੀ ਹੋ ਸਕਦੀ ਹੈ। ਜੀ 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 ਤੁਸੀਂ ਦੇਖੋਗੇ ਕਿ ਵਾਰਤਕ ਦੇ ਪੀਸ ਕਈ ਬੰਦਿਆਂ ਨੇ ਇਹ ਆਪਣੀ ਜ਼ਿੰਦਗੀ ਨਾਲ ਰਿਲੇਟ ਕਰਕੇ ਹੋਰ ਚੀਜ਼ਾਂ ਨਾਲ ਰਿਲੇਟ ਬੜੇ ਉਹ ਮਤਲਬ ਪੜ੍ਹੇ ਗਏ ਔਰ ਬੜੇ ਸਲਾਹੇ ਗਏ, ਪਰ ਮੈਨੂੰ ਲੱਗਦਾ ਕਿ ਵਾਰਤਕ ਨੇ ਜ਼ਰੂਰ ਧਿਆਨ ਅਟਰੈਕਟ ਕੀਤਾ ਲੋਕਾਂ। ਬਿਲਕੁਲ ਬਿਲਕੁਲ, ਲੇਕਿਨ ਸਾਡੀ ਕਪਤਾਨ ਨੇ ਉਸ ਰੂਪ ਚ ਨਹੀਂ ਕੀਤਾ, ਕਿਉਂਕਿ ਵਾਰਤਕ ਜ਼ਿੰਦਗੀ ਦੇ ਇੱਕ ਪੂਰੇ ਸੰਘਰਸ਼ ਤੇ ਇੱਕ ਪੂਰੇ ਤਜਰਬੇ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ। ਕਪਤਾ ਕਈ ਵਾਰ ਤਟਫਟ ਪ੍ਰਤੀਕਰਮ ਚ ਆ ਜਾਂਦੀ ਹੈ। ਜੀ 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 ਜੀ, ਮੈਂ ਅੱਜ ਪੜ੍ਹ ਰਿਹਾ ਸੀ ਉਸ ਪੀਸ ਨੂੰ, ਬਹੁਤ ਲੋਕਾਂ ਨੇ ਪਸੰਦ ਕੀਤਾ। ਇੱਕ ਖੰਨੇ ਤੋਂ ਇੱਕ ਬੰਦੇ ਨੇ ਪਾਇਆ, ਉਹਦੀ ਮੈਡੀਕਲ ਦੀ ਦੁਕਾਨ ਸੀ, ਵੀ ਮੈਂ ਕਿਵੇਂ ਲੁੱਟੇ ਦਵਾਈਆਂ ਵੇਚ ਕੇ, ਮਤਲਬ 100 ਰੁਪਏ ਦੀ ਦਵਾਈ 700 ਰੁਪਏ ਚ ਵੇਚਦਾ ਸੀ। ਲੇਕਿਨ ਇੱਕ ਉਹ ਬੱਚਾ ਸੀ ਮੇਰਾ, ਜਦੋਂ ਉਹਨੂੰ ਬ੍ਰੇਨ ਟਿਊਮਰ ਹੋ ਗਿਆ ਤੇ ਮੇਰਾ ਸਾਰਾ ਕੁਝ ਵਿਕ ਗਿਆ, ਤੇ ਮੈਨੂੰ ਉਹ ਬੰਦਾ ਯਾਦ ਆਇਆ ਬਜ਼ੁਰਗ ਜਿਹਦੇ ਕੋਲੇ ਆਪਣੀ ਪਤਨੀ ਨੂੰ ਬਚਾਉਣ ਲਈ ਉਹਨੇ ਪੈਸੇ ਨਹੀਂ ਸੀ ਦਵਾਈ ਦੇ, ਤੇ ਮੈਂ ਲਾਲਚੀ ਹੋ ਕੇ ਉਸਨੂੰ ਘਰੋਂ ਕੇ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ। ਵਾਰਤਕ ਦੇ ਪੀਸ ਕੀਤੇ ਜਾ ਰਹੇ, ਮੈਂ ਇਹ ਨਹੀਂ ਕਹਿ ਰਿਹਾ ਕਿ ਲਿਟਰੇਚਰ ਨੂੰ ਦਰਕਿਨਾਰ ਕੀਤਾ ਜਾ, ਮੈਂ ਇਹ ਨਹੀਂ ਕਹਿ ਰਿਹਾ, ਪਰ ਕਵਿਤਾ ਨੂੰ ਉਨੀ ਸੀਰੀਅਸਲੀ ਨਹੀਂ ਲਿਆ ਜਾਂਦਾ ਜਿੰਨਾ ਵਾਰਤਕ ਦੇ ਪੀਸਾਂ ਨੂੰ ਲਿਆ ਜਾਂਦਾ। ਕਿਉਂਕਿ ਵਾਰਤਕ ਤੁਸੀਂ ਦੇਖੋਗੇ ਕਿ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਜਾਂ ਹੋਰ ਕੰਮਾਂ ਦੇ ਉੱਤੇ ਬੜੇ ਅੱਛੇ ਉਹ ਜੋ ਛਪੇ ਆ। ਬਹੁਤ 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 ਸੋਹਣਾ ਤੁਸੀਂ ਕਮੈਂਟ ਕੀਤਾ ਇਸ ਗੱਲ ਦੇ ਉੱਤੇ। ਇਹਦਾ ਕਿਤੇ ਨਾ ਕਿਤੇ ਇਹ ਵੀ ਹੈ ਕਿ ਅਸੀਂ ਕਵਿਤਾ ਸ਼ਾਇਦ ਸਾਡੇ ਲੋਕਾਂ ਦੇ ਹਾਣ ਦੀ ਨਾ ਹੋ ਸਕੀ ਹੋਵੇ, ਉਸ ਪਾਠਕ ਦੇ ਹਾਣ ਦੀ ਨਾ ਹੋ ਸਕੀ ਹੋਵੇ, ਇਹ ਵੀ ਕਿਤੇ ਨਾ ਕਿਤੇ ਇੱਕ ਸਵਾਲ ਬਣਦਾ ਹੈ। ਸ਼ਾਇਦ ਸਾਨੂੰ ਇਹਦੇ ਬਾਰੇ ਹੋਰ ਸੋਚਣਾ ਪੈ ਵੀ ਆਪਾਂ ਮੰਤਰੀ ਕਰੀਏ। ਚਲੋ ਆਪਾਂ ਅੱਗੇ ਵੱਧਦੇ ਹਾਂ। ਮੇਰਾ ਲਾਸਟ ਸਵਾਲ ਸਰ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਜਾ ਰਹੇ ਹਾਂ ਤਾਂ ਉਹਦਾ ਪ੍ਰਭਾਵ ਭਾਸ਼ਾ ਤੇ ਵੀ ਪੈ ਰਿਹਾ ਹੈ। ਇਸ ਵੇਲੇ ਜੇ ਪੰਜਾਬੀ ਦੀ ਵੀ ਮੈਂ ਗੱਲ ਕਰਾਂ, ਪੰਜਾਬੀ ਦੇ ਵਿੱਚ ਹਿੰਦੀ, ਪੰਜਾਬੀ ਦੇ ਵਿੱਚ ਅੰਗਰੇਜ਼ੀ, ਈਵਨ ਪੰਜਾਬੀ ਦੇ ਵਿੱਚ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਉਹਨਾਂ ਦੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਆ ਰਹੇ ਨੇ। ਇੱਕ ਖਿਚੜੀ ਭਾਸ਼ਾ ਜਾਂ ਇੱਕ ਕਹਿ ਲਈਏ ਕਿ ਕਾਮਨ ਭਾਸ਼ਾ ਮੰਨੀ ਜਾ ਰਹੀ ਹੈ। ਮੈਨੂੰ ਇਹ ਲੱਗਦਾ ਕਿ ਇਸ ਪਾਸੇ ਤਾਂ ਨਹੀਂ ਜਾ ਰਹੇ ਕਿ ਹੌਲੀ ਹੌਲੀ ਅਸੀਂ ਇੱਕ ਪੂਰੀ ਦੁਨੀਆਂ ਦੇ ਵਿੱਚ ਕਾਮਨ ਭਾਸ਼ਾ ਜਨਰੇਟ ਕਰ ਲਈਏ ਤੇ ਭਾਸ਼ਾਵਾਂ ਦੀਆਂ ਆਪਣੀਆਂ ਖੂਬੀਆਂ ਉਹਦੇ ਵਿੱਚ ਮਰਜ ਹੋ ਜਾਣ, ਇਹ ਵਿਕਾਸ ਪਾਸੇ ਵਾਲੇ ਪਾਸੇ ਵੱਧ ਰਹੇ ਹਾਂ ਜਾਂ ਵਿਗਾੜ ਹੈ, ਕਿਵੇਂ ਦੇਖਦੇ ਤੁਸੀਂ? ਡਾਕਟਰ ਸਾਹਿਬ ਤੁਹਾਡਾ ਸਵਾਲ ਤਾਂ ਬਹੁਤ ਵੱਡਾ, ਪਰ ਇਹਦਾ ਮੈਂ ਸੰਖੇਪ ਇੱਕ ਜਵਾਬ ਦੋ ਗੱਲਾਂ ਤੇ ਕਰਨੀਆਂ ਜ਼ਰੂਰ ਚਾਹੁੰਦਾ। ਉਹਦਾ ਕਾਰਨ ਇਹ ਆ ਕਿ ਲਗਭਗ ਪਿਛਲੇ 30 ਸਾਲ ਤੋਂ ਪੰਜਾਬੀ ਭਾਸ਼ਾ ਦੇ ਮਸਲੇ ਦੇ ਉੱਤੇ ਚਾਹੇ ਸੰਘਰਸ਼ ਦੀ ਗੱਲ ਹੋਵੇ ਜਾਂ ਹੋਰ ਹੋਵੇ, ਮੈਂ ਉਹਦੇ ਵਿੱਚ ਪੇਸ਼ ਰਿਹਾ। ਇੱਕ ਤਾਂ ਨਾ ਮੈਂ ਭਾਸ਼ਾਈ ਮੂਲਵਾਦ ਦਾ ਬਹੁਤ ਵਿਰੋਧ ਕਰਦਾ, ਮੂਲਵਾਦ ਵੈਸੇ ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਹੋਵੇ, ਧਰਮ ਦਾ ਹੋਵੇ, ਇਹਦਾ ਮੈਂ ਵਿਰੋਧੀ ਰਿਹਾ। ਕਿਉਂਕਿ ਮਨੁੱਖਤਾ ਜਿਹੜੀ ਆ ਇਹ ਚੀਜ਼ਾਂ ਤਾਂ ਬੰਦੇ ਨੇ ਬਣਾਈਆਂ ਨੇ, ਮਨੁੱਖਤਾ ਸਾਂਝੀ ਆ ਜੀ, ਇਹ ਮਨੁੱਖਤਾ ਸਾਂਝੀ ਆ। ਮਨੁੱਖਤਾ ਨੇ ਵਿਕਾਸ ਉਦੋਂ ਕਰਨਾ ਜਦੋਂ ਮਨੁੱਖ ਨੇ ਮਨੁੱਖ ਦੇ ਨਾਲ ਇੰਟਰੈਕਸ਼ਨ ਕਰਨੀ ਆ ਜੀ। ਜਦੋਂ ਮਨੁੱਖ ਨੇ ਮਨੁੱਖ ਦੇ ਨਾਲ ਇੰਟਰੈਕਸ਼ਨ ਕਰਨੀ ਆ ਤਾਂ ਮੈਂ ਦੀਪ ਨਾਲ ਇੰਟਰੈਕਸ਼ਨ ਕਰਨਾ, ਮੈਂ ਦੀਪ ਦਾ ਪ੍ਰਭਾਵ ਵੀ ਕਬੂਲੂੰਗਾ ਤੇ ਦੀਪ ਮੇਰਾ ਵੀ ਕਬੂਲੂਗਾ, ਔਰ ਇਹਦੇ ਵਿੱਚੋਂ ਵਿਕਾਸ ਹੋਣਾ, ਅਦਰਵਾਈਜ਼ ਨਹੀਂ ਹੋਣਾ। ਜੀ ਜੀ ਜੀ, ਇਸ ਕਰਕੇ ਜਦੋਂ ਅਸੀਂ ਭਾਸ਼ਾਵਾਂ ਦੇ ਬਾਰੇ ਕਈ ਵਾਰੀ ਇਹ ਕਹਿਣ ਲੱਗ ਜਾਂਦਾ ਕਿ ਇਹਦੇ 'ਚ ਫਲਾਨੇ ਸ਼ਬਦਾਂ ਦੇ ਫਲਾਨੇ ਆ ਗਏ, ਬਿਲਕੁਲ ਆਏਗੇ, ਤੁਸੀਂ ਜ਼ੋਰ ਲਾ ਲਓ ਨਹੀਂ ਰੋਕ ਸਕਦੇ, ਜੀ ਜੀ, ਉਹਨਾਂ ਨੂੰ ਤੁਸੀਂ ਬਦਲ ਸਕਦੇ ਹੋ, ਤੁਸੀਂ ਸਬਮਰਸੀਬਲ ਨੂੰ ਮੱਛੀ ਮੋਟਰ 'ਚ ਬਦਲ ਸਕਦੇ ਹੋ, ਪਰ ਜੇ ਤੁਹਾਡੇ ਕੋਲੇ ਟਰੈਕਟਰ ਆ ਗਿਆ ਤਾਂ ਮਾਲਵੇ ਵਾਲਾ ਬੰਦਾ ਟਰੈਕਟ ਤਾਂ ਕਹਿ ਲੂ ਉਹਨੂੰ, ਪਰ ਉਹਦੇ ਲਈ ਆਏ ਨਹੀਂ ਕਰ ਲੂਗਾ।
ਕਹਿਣ ਦਾ ਮੇਰੇ ਮਤਲਬ ਸਾਇੰਸ ਦੇ ਵਿੱਚ ਜਿਹੜੀ ਚੀਜ਼ ਜਿਹੜਾ ਪ੍ਰੋਡਕਟ ਸਾਹਮਣੇ ਆਏਗਾ ਉਹਦਾ ਸ਼ਬਦ ਨਹੀਂ ਤੁਸੀਂ ਬਦਲ ਸਕਣਾ। ਜੀ 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 ਕੰਪਿਊਟਰ ਦਾ ਸ਼ਬਦ ਹੀ ਨਹੀਂ ਬਦਲ ਸਕਦੇ, ਲੱਖ ਕੱਢ ਲਓ ਤੁਸੀਂ। ਬਿਲਕੁਲ ਇੰਜੀਨੀਅਰਿੰਗ ਤੁਹਾਡੇ ਕੋਲ ਪਹਿਲਾਂ ਵੀ ਸੀ, ਉਹਦੇ ਲਈ ਤੁਹਾਡੇ ਕੋਲ ਅਭਿਅੰਤਾ ਸ਼ਬਦ ਸੀਗਾ। ਜੀ 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 ਕੰਪਿਊਟਰ ਤੁਹਾਡੇ ਕੋਲ ਪਹਿਲਾਂ ਨਹੀਂ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ ਨਹੀਂ ਸੀ। ਕਹਿਣ ਦਾ ਮੇਰੇ ਭਾਵ ਇਹ ਆ ਕਿ ਜਦੋਂ ਕੋਈ ਵੀ ਸਾਇੰਸ ਦੇ ਦੁਆਰਾ ਪ੍ਰੋਡਕਟ ਤੁਹਾਡੇ ਸਾਹਮਣੇ ਆਏਗਾ ਉਹਦਾ ਸ਼ਬਦ ਨਾਲ ਆਏਗਾ, ਉਹਨੂੰ ਤੁਸੀਂ ਰੋਕ ਨਹੀਂ। ਤੁਹਾਡੇ ਕੋਲ ਹਲ ਪਹਿਲਾਂ ਸੀ, ਤੁਸੀਂ ਟਰੈਕਟਰ ਦੇ ਨਾਲ ਪਿੱਛੇ ਪੈਣ ਵਾਲੇ ਹਲ ਨੂੰ ਹਲ ਕਹਿਣਾ ਲੱਗ ਗਏ, ਚੱਲੇਗਾ। ਜਿੱਥੋਂ ਤੱਕ ਖਿਚੜੀ ਭਾਸ਼ਾ, ਖਿਚੜੀ ਭਾਸ਼ਾ ਮੈਨੂੰ ਲੱਗਦਾ ਹੈ ਨੀ ਭਾਸ਼ਾ ਦੇ ਭਾਸ਼ਾ ਕਦੇ ਕਦੇ ਹਿੰਦੁਸਤਾਨ ਦੇ ਵਿੱਚ ਸਾਡੇ ਕੋਲ ਪ੍ਰਾਕਿਰਤਾਂ ਤੋਂ ਬਾਅਦ ਅਪਭ੍ਰੰਸ਼ਾਂ ਵੀ ਪੈਦਾ ਹੋਈਆਂ ਸੀ। ਅਪਭ੍ਰੰਸ਼ਾਂ ਕਰਪਸ਼ਨ ਹੀ ਸੀ ਇੱਕ ਦੂਜੀ ਭਾਸ਼ਾ ਦੇ ਵਿੱਚੋਂ, ਉਹਦੇ ਵਿੱਚੋਂ ਹੀ ਆਧੁਨਿਕ ਭਾਸ਼ਾਵਾਂ ਪੈਦਾ ਹੋਈਆਂ। ਇਸ ਕਰਕੇ ਭਾਸ਼ਾ ਦੇ ਵਿੱਚ ਦੂਜੇ ਸ਼ਬਦ ਆਉਣਗੇ। ਸਵਾਲ ਕਿੱਥੇ ਆ ਕਿ ਦੂਜੇ ਭਾਸ਼ਾ ਦੇ ਆਧਾਰ ਦੇ ਉੱਤੇ ਅਸੀਂ ਆਪਣੀ ਭਾਸ਼ਾ ਤੇ ਆਪਣੀ ਮੌਲਿਕਤਾ ਨੂੰ ਖਤਮ ਕਰਨਾ, ਸਵਾਲ ਇਸ ਚੀਜ਼ ਦਾ। ਇਹ ਜਿਹੜੀ ਚੀਜ਼ ਆ ਇਹ ਰਾਜਨੀਤਿਕ ਸਵਾਲ ਆ, ਇਹਦੇ ਤੇ ਬਹੁਤ ਲੰਮੀ ਬਹਿਸ ਹੋ ਸਕਦੀ ਹੈ, ਨੰਬਰ ਇੱਕ। ਨੰਬਰ ਦੋ, ਤੁਹਾਡੀ ਭਾਸ਼ਾ ਉਦੋਂ ਬਚੇਗੀ ਜਦੋਂ ਗਿਆਨ ਵਿਗਿਆਨ ਸਿੱਖਿਆ ਤੇ ਰੁਜ਼ਗਾਰ ਦੀ ਭਾਸ਼ਾ ਹੋਏਗੀ। ਬਹੁਤ ਦੀਪ ਜੀ ਮੈਂ ਸਪਸ਼ਟ ਗੱਲ ਸਾਹਿਤਕਾਰਾਂ ਨਾਲ ਵੀ ਕਹਿਣਾ ਚਾਹੁੰਦਾ, ਉਂਝ ਵੀ ਕਹਿਣਾ, ਲਿਖੀ ਵੀ ਆ, ਬਾਰ ਬਾਰ ਲਿਖਦਾ ਕਿ ਸਾਹਿਤ ਨੇ ਭਾਸ਼ਾ ਨੂੰ ਨਹੀਂ ਬਚਾਉਣਾ। ਕਈ ਵਾਰੀ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡੀ ਭਾਸ਼ਾ ਨਹੀਂ ਵਿਰੇਗੀ, ਸਾਡੀ ਭਾਸ਼ਾ 'ਚ ਗੁਰੂ ਗ੍ਰੰਥ ਸਾਹਿਬ ਆ। ਮੈਂ ਤੁਹਾਡੇ ਨਾਲ ਸਹਿਮਤ ਹੋ ਸਕਦਾ, ਪਰ ਸੰਸਕ੍ਰਿਤ ਭਾਸ਼ਾ ਮਰ ਗਈ ਜਿਹਦੇ ਵਿੱਚ ਵੇਦ ਸੀ। ਬਿਲਕੁਲ, ਫਿਰ ਕੀ ਕਰੋਗੇ? ਜੀ ਜੀ। ਇਸ ਕਰਕੇ ਕਿਸੇ ਧਾਰਮਿਕ ਪਵਿੱਤਰ ਗ੍ਰੰਥ ਨੇ ਭਾਸ਼ਾ ਨੂੰ ਨਹੀਂ ਬਚਾਉਣਾ, ਭਾਸ਼ਾ ਨੇ ਗ੍ਰੰਥਾਂ ਨੂੰ ਵੀ ਬਚਾਉਣਾ, ਭਾਸ਼ਾ ਨੇ ਸਮਾਜ ਨੂੰ ਵੀ ਬਚਾਉਣਾ, ਭਾਸ਼ਾ ਨੇ ਮਨੁੱਖ ਨੂੰ ਵੀ ਬਚਾਉਣਾ। ਪਰ ਭਾਸ਼ਾ ਉਦੋਂ ਬਚਾਏਗੀ ਜਦੋਂ ਭਾਸ਼ਾ ਰੁਜ਼ਗਾਰ ਦੀ ਬਣੇਗੀ, ਜਦੋਂ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਬਣੇਗੀ, ਉਦੋਂ ਉਹਦੇ 'ਚ ਗਿਆਨ ਵੀ ਪੈਦਾ ਹੋਏਗਾ, ਵਿਗਿਆਨ ਵੀ ਪੈਦਾ ਹੋਏਗਾ ਔਰ ਸਿੱਖਿਆ। ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ। ਇਹਦੇ ਵਿੱਚ ਦੂਜੇ ਵੀ ਸ਼ਬਦ ਆਉਣਗੇ। ਸੌਰਵ, ਐਵੇਂ ਕੁੱਝ ਸਾਡੇ ਦੋਸਤ ਬਹੁਤ ਭਾਸ਼ਾਈ ਮੂਲ ਬਾਤ ਚ ਆ ਕੇ ਇਹ ਗੱਲਾਂ ਕਰ ਲੈ ਜਾਂਦੇ ਆ, ਪੰਜਾਬ ਸ਼ਬਦ ਹੀ ਪੰਜਾਬੀ ਦਾ ਨਹੀਂ ਹੈ। ਜੀ ਜੀ ਜੀ। ਪੰਜ ਜਮਾ ਆਪ ਦੂਜੀ ਫਾਰਸੀ ਚੋਂ ਆਇਆ, ਐਵੇਂ ਆਪਣੀ ਭਾਸ਼ਾ ਦੇ ਵਿੱਚ ਅਸੀਂ ਲੈ ਕੇ ਆਈਏ, ਅਸੀਂ ਗਰਾਊਂਡ ਲੈਵਲ ਤੱਕ ਹੇਠਲੇ ਲੈਵਲ ਤੱਕ ਜਾ ਕੇ ਅਸੀਂ ਨਾ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਨੂੰ ਸਾਡੇ ਸਕੂਲਾਂ ਦੇ ਵਿੱਚ ਥੋਪ ਰਹੇ ਹਾਂ, ਚਿੰਤਾ ਦੀ ਗੱਲ ਮੇਰੇ ਖਿਆਲ ਦੇ ਵਿੱਚ ਮੈਨੂੰ ਇਹ ਵੱਧ ਲੱਗ ਰਹੀ ਹੈ। ਇਹਦੇ ਉੱਤੇ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਸਰਕਾਰਾਂ ਗੈਰ ਜ਼ਿੰਮੇਦਾਰ ਨੇ, ਸਰਕਾਰਾਂ ਸੰਵਿਧਾਨਕ ਤੌਰ ਤੇ ਚੁਣੀਆਂ ਹੋਈਆਂ ਗੈਰ ਸੰਵਿਧਾਨਕ ਨੇ, ਇਸ ਕਰਕੇ ਕਿਉਂਕਿ ਉਹ ਅੰਗਰੇਜ਼ੀ ਨੂੰ ਇਹ ਸਮਝਿਆ ਗਿਆ ਸਾਰਾ ਕੁਝ ਕਰ ਦੂ, ਅਸਲ ਦੇ ਵਿੱਚ ਅੰਗਰੇਜ਼ੀ ਦਾ ਵੀ ਉਹ ਬੇੜਾ ਗਰਕ ਕਰ ਰਹੇ ਆ। ਪੰਜਾਬੀ ਭਾਸ਼ਾ ਨੂੰ ਮਾਧਿਅਮ ਬਣਾ ਕੇ ਅੰਗਰੇਜ਼ੀ ਭਾਸ਼ਾ ਨੂੰ ਇੱਕ ਲੈਂਗੁਏਜ ਦੇ ਰੂਪ ਚ ਸਿਖਾਉਣ, ਇਹ ਅੰਗਰੇਜ਼ੀ ਭਾਸ਼ਾ ਨੂੰ ਸ਼ੇਕਸਪੀਅਰ ਪੜ੍ਹਾ ਕੇ ਸਿਖਾ ਰਹੇ ਆ। ਸਾਡੀ ਸਰਕਾਰ ਦਾ ਮਾਡਲ ਗਲਤ ਆ ਐਜੂਕੇਸ਼ਨ ਦਾ। ਸਵਾਲ ਠੀਕ ਜੀ ਇੱਥੇ ਆ, ਪੰਜਾਬੀ ਭਾਸ਼ਾ ਮਾਧਿਅਮ ਹੋਵੇ, ਅੰਗਰੇਜ਼ੀ ਭਾਸ਼ਾ ਨੂੰ ਅਸੀਂ ਭਾਸ਼ਾ ਦੇ ਤੌਰ ਤੇ ਸਿੱਖੀਏ, ਜਦੋਂ ਮੇਰੇ ਕੋਲ ਗਿਆਨ ਹੋਊਗਾ ਪੰਜਾਬੀ ਭਾਸ਼ਾ ਚ, ਮੈਨੂੰ ਅੰਗਰੇਜ਼ੀ ਆਉਣੀ, ਮੈਨੂੰ ਹਿੰਦੀ ਬੋਲਣ ਚ ਦਿੱਕਤ ਤਾਂ ਨਹੀਂ ਆਉਂਦੀ ਕਿਉਂਕਿ ਮੈਂ ਤੀਜੀ ਤੋਂ ਹਿੰਦੀ ਟੈਕਨੀਕਲ ਤੌਰ ਤੇ ਉਵੇਂ ਸਿੱਖੀ, ਛੇਵੀਂ ਤੋਂ ਅੰਗਰੇਜ਼ੀ ਸਿਖਾ ਲਿਓ ਮੈਨੂੰ, ਦਸਵੀਂ ਤੱਕ ਸਾਰੇ ਟੈਂਸ ਆਉਂਦੇ ਹੋਣ, ਸਾਰਾ ਗ੍ਰੈਮਰ ਜਾਂ ਹੋਵੇ, ਮੈਨੂੰ ਪੰਜਾਬੀ ਚ ਗਿਆਨ ਹੋਵੇ ਤੇ ਮੈਨੂੰ ਅੰਗਰੇਜ਼ੀ ਟਰਾਂਸਲੇਟ ਕਰਨ ਦੀ ਦਿੱਕਤ। ਪਰ ਜੇ ਅਸੀਂ ਪਹਿਲੀ ਤੋਂ ਅੰਗਰੇਜ਼ੀ ਪੜ੍ਹਾ ਕੇ ਕਰਾਂਗੇ, ਅਸੀਂ ਨਿਆਣੇ ਦੀ ਬੌਧਿਕਤਾ ਨੂੰ ਖਤਮ ਕਰ ਦਿਆਂਗੇ। ਇਹ ਸਰਕਾਰਾਂ ਨੂੰ ਵਾਹੀਆਤ ਪ੍ਰੋਗਰਾਮ ਬੰਦ ਕਰਨੇ ਚਾਹੀਦੇ ਆ, ਪੰਜਾਬ ਨੂੰ ਬੌਧਿਕ ਤੌਰ ਤੇ ਬੰਜਰ ਬਣਾਉਣ ਦੀ ਨੀਤੀ ਤੋਂ ਸਰਕਾਰ ਨੂੰ ਬਾਜ਼ ਆਉਣਾ ਚਾਹੀਦਾ। ਜੀ ਜੀ, ਬਹੁਤ ਬਹੁਤ ਪਤੇ ਦੀ ਗੱਲ ਜਿਹੜੀ ਕੀਤੀ ਹੈ ਅਖੀਰ ਦੇ ਵਿੱਚ ਆਪਾਂ ਹੁਣ। ਦੀਪ ਜੀ, ਸਵਾਲ ਕੱਲ ਵੀ ਉਹ ਦਰਸ਼ਨ ਜੋਗਾ ਜੀ ਦਾ ਇੱਕ ਸਵਾਲ ਆ, ਉਹਨਾਂ ਨੇ ਹੱਥ ਖੜਾ ਕੀਤਾ, ਆਪਾਂ ਦਰਸ਼ਨ ਜੋਗਾ ਤੋਂ ਸ਼ੁਰੂ ਕਰਦੇ ਹਾਂ ਜੀ। ਮੈਨੂੰ ਲੱਗਦਾ ਵੀ ਤਿੰਨ ਚਾਰ ਦਿਨਾਂ ਤੋਂ ਜਿੰਨੀ ਗੱਲ ਚੱਲਦੀ ਆ ਉਹ ਐਜੂਕੇਸ਼ਨ ਤੇ ਸਾਹਿਤ ਤੇ ਚੱਲਦੀ ਆ, ਤੇ ਜਿਵੇਂ ਹੁਣੀ ਲਾਸਟ ਪੁਆਇੰਟ ਦੇ ਵਿੱਚ ਡਾਕਟਰ ਸਾਹਿਬ ਨੇ ਗੱਲ ਇਹ ਵੀ ਕੀਤੀ ਹੈ ਕਿ ਸਾਹਿਤ ਨਹੀਂ ਸਭ ਚੀਜ਼ਾਂ ਨੂੰ ਬਚਾ ਸਕਦਾ। ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਜਿਹੜੀ ਆ ਰਹੀ ਹੈ ਉਹ
थोड़ी थोड़ी होंगी रही है पर नहीं होंगी जी कोरोना ने सगो साढ़े सामने लिया है जी वो हैगी भी साढ़े जिने कुदरती स्रोत ने जो घाण बंदे ने किया जिमें साडा पानी है धरती मिट्टी है तो साडा तिने चीजा ने है ना बचाउण वास्ते जदों कोरोना आया असी किते बाहर भी नहीं सी निकल सकदे ते सारा कुछ साइलेंस होया पिया सी तां असी खबरां पढ़दे सी कि साडे दरिया भी साफ हो गए साडे सानूं इधरों जम्मू वालों पहाड़ भी दिखने शुरू हो गए ते होर इस तरह दीआं किते हवा दा लैवल असी रोज पढ़दे हुंदे सी अखबार दे विच भी इह जिहड़ियां चीज़ां ने ठीक हो गईआं जिवें तुसीं गल हर लैक्चर दी शुरू करदे हो भी इंसान तो जां मानवता तो मैनूं लगदा कि मानवता जां इंसान दे नाते इहदे विच भी जरूर गल होनी चाहीदी है जिवें डॉक्टर साहब ने दूजे विषयां दे उत्ते गल कीती जी जी जरूर करांगे धन्नवाद डॉक्टर साहब दीप जी सेवक होरां ने बहुत खूबसूरत गल कीती है मैं पिछे चार पंज सैमीनारां च इह मसला बार बार उठाया एक कोरोना ना तो मैनमेड आ ना कुछ होर असल च बंदे ने प्रकृति दे उत्ते सवार होण दी जिहड़ी नीति सी ना साढ़े 400 करोड़ साल तो प्रकृति बंदे दे हथों हारी नहीं बंदे नू ये गल समझ लैनी चाहीदी आ बंदा प्रकृति दा अंग आ प्रकृति बंदे दी जगीर नहीं है बंदे ने नाश मार दिता प्रकृति का प्रकृति ने रिएक्ट करना सी बिल्कुल और उन्हें रिएक्ट किया और तुसी देखो कि दुनिया च हलचल मची है लखां बंदे मरे आ अजे तक असी इस नूं डायग्नोज नहीं कर सके कदे कहिंदे सीगे फरवरी मार्च दे विच कि जी 35 डिग्री दे उत्ते खत्म हो जांदा साढ़े तां 45 डिग्री तक पहुंच गए साढ़े तां मरे ना करोना बिलकुल हुण कहिंदे जी 65 डिग्री तक जाके करोना मरदा पर बंदा तो 52 डिग्री ते मर जांदा ठीक है ना मतलब कोरोना फिर जिंदा रह गया इहदा मतलब असीं प्रकृति दा नाश इन्ना कर दिता मैं हुण क्योंकि इन्नी डिटेल च नहीं जा सकदा कि अमेरिका ने किवें धरती दे अंदरों समुंदरां दे थल्लों धरती खंगाल के तेल कढ के पाइपां कट करके ते अपने खर्चे कढाए ते उत्थे सुनामियां आउण लग गईआं ते किस ढंग दे नाल असीं इत्थे ਤੁਸੀਂ ਤਾਂ ਦੂਰ ਦੂਰ ਦੋਸਤ ਰਹਿੰਦੇ ਮੈਂ ਤੇ ਸਰਬਜੀਤ ਸੋਹਲ ਤਾਂ ਇੱਥੇ ਰਹਿੰਦੇ ਹਾਂ ਅਸੀਂ ਇੱਥੇ ਪਹਾੜ ਵੱਢ ਵੱਢ ਕੇ ਕਲੋਨੀਆਂ ਵਸਾਤੀਆਂ ਪਰ ਇਹ ਚੰਡੀਗੜ੍ਹ ਦਾ ਹਿੱਸਾ ਸਭ ਤੋਂ ਵੱਧ ਜਿਹੜਾ ਭੂਚਾਲ ਆ ਉਹਦਾ ਡੇਂਜਰਸ ਏਰੀਆ ਕਿਸੇ ਸਮੇਂ ਵੀ ਐਸਾ ਭੂਚਾਲ ਆ ਸਕਦਾ ਜਿਹੜਾ ਦੁਨੀਆਂ ਚ ਕਦੇ ਨੀ ਆਇਆ ਔਰ ਸਾਰਾ ਚੰਡੀਗੜ੍ਹ ਟਰਾਈ ਸਿਟੀ ਨੂਰਪੁਰ ਬੇਦੀ ਤੋਂ ਲੈ ਕੇ ਅੰਬਾਲੇ ਤੱਕ ਕਦੇ ਵੀ ਗਰਕ ਸਕਦਾ ਇਹ ਮੈਂ ਟੈਕਨੋਲੋਜੀ ਦੀ ਰਿਪੋਰਟ ਤੁਹਾਨੂੰ ਦੱਸ ਰਿਹਾ दोबारा जमीन च दे रहे ने ते उदे करके ही ओ कैंसर बेल्ट बनी और एक मैनूं होर दर्शन जोगा जी पहले दिन असीं इह गल कीती सी प्रकृति वाली मैं अपनी जिहड़ी मेरी गलबात सी उहदे च असीं इह गल कीती सी और मैं इहदे बारे इह वी कहना चाहूंगी कि असीं इस गल तों अजे वी जागरूक नहीं होए मैनूं ऐ लगदा हुंदा कि धरती ते मनुख ते कुदरत इहदे च संतुलन कायम रहना चाहीदा ते जेकर मैनूं लगदा कि मनुख मर जाए ते धरती नूं ते या प्रकृति नूं या जिहड़े जीव जंत उहनां नूं कोई फर्क नहीं पैणा उह जिउंदे रहिणगे पर जे प्रकृति खतम हो गई ਜਿਹੜਾ ਜਲਵਾਯੂ ਆ ਉਹ ਖਤਮ ਹੋ ਗਿਆ ਤੇ ਮਨੁੱਖ ਨੇ ਰਹਿਣਾ ਨਹੀਂ ਸੋ ਸਾਨੂੰ ਇਹਨਾਂ ਦੀ ਲੋੜ ਆ ਇਹਨਾਂ ਨੂੰ ਸਾਡੀ ਲੋੜ ਨਹੀਂ ਹੈ ਸਰਬਜੀਤ ਕਰੋਨਾ ਦੇ ਵਿੱਚ ਯਾਦ ਆਈ ਹੈ ਜੀ ਜਦੋਂ ਬੰਦਾ ਰੋ ਰਿਹਾ ਸੀ ਕਿਰਤੀ ਨੇ ਖਤਮ ਪੰਛੀ ਉਹਦੇ ਗਾ ਰਹੇ ਸੀਗੇ ਜੀ ਜਦੋਂ ਕਰੋਨਾ ਆਇਆ ਬੰਦਾ ਰੋਂਦਾ ਸੀ ਤੇ ਪੰਛੀ ਉਹਦੇ ਗਾ ਰਹੇ ਸੀ ਗਾ ਰਹੇ ਸੀ ਬੰਦਾ ਘਰਾਂ ਚ ਬੰਦ ਸੀ ਪੰਛੀ ਆਜ਼ਾਦ ਸੀ ਆਪਾਂ ਕੁਝ ਹੋਰ ਸਵਾਲ ਘੁੰਮ ਰਹੇ ਸੀ ਕੁਝ ਹੋਰ ਸਵਾਲ ਵੀ ਲਈਏ ਹਾਂਜੀ ਕੋਈ ਦੋਸਤ ਹੋਰ ਸਵਾਲ ਗੱਲ ਕਰਨੀ ਚਾਹੁੰਦੇ ਫਿਰ ਆਪਾਂ ਡਾਕਟਰ ਸਾਹਿਬ ਬਾਅਦ ਇਕੱਠੇ ਜਵਾਬ ਦੇ ਦੇਣਗੇ ਕੋਈ ਵੀ ਦੋਸਤ ਜੇ ਗੱਲ ਕਰਨੀ ਚਾਹੁੰਦਾ ਆਪਣਾ ਮਾਈਕ ਅਨਮਿਊਟ ਕਰੇ ਤੇ ਗੱਲ ਕਰੇ ਪਲੀਜ਼ ਗੁਰਦੇਵ ਸਿੰਘ ਦੇਵ ਜੀ ਹੈਲੋ ਹਾਂਜੀ ਹੈਲੋ ਹਾਂਜੀ ਜੀ ਜੀ ਬਹੁਤ ਬਹੁਤ ਸੰਖੇਪ ਦੇ ਵਿੱਚ ਕਰ ਰਹੀ ਹੈ ਸਰ ਜੀ ਹਾਂਜੀ ਸਰ ਜੀ ਗੱਲ ਮੈਂ ਇੱਕ ਤਾਂ ਤੁਹਾਡੇ ਜਿਹੜਾ ਹੈਗਾ ਉਸ ਤੇ ਮੈਂ ਭੇਜੀ ਹੈ ਲਿਖ ਕੇ ਵੀ ਆਪਾਂ ਇਸ ਗੱਲਬਾਤ ਨੂੰ ਸਿਰਫ ਅਕੈਡਮਿਕ ਖੇਤਰ ਤੇ ਨਾ ਰੱਖੀਏ ਤੇ ਇਸ ਨੂੰ ਜਿਹੜਾ ਹੈਗਾ ਸਮਾਜਿਕ ਆਰਥਿਕ ਤੇ ਜਿਹੜਾ
सेहत संबंधित जिहड़े इहदे विच चुनौतियां ते सवाल पैदा होए ने उन्हों भी आपां इहदे घेरे च लियाईए। जी जी जी। ते डॉक्टर साहब ने बड़ियां अकैडमिक तौर ते बहुत वधिया गल्लां कीतियां ने, पर जिहड़ी गल इत्थों एक नुक्ता उभर के सामने आया है कि जिहड़ी मानवी संवेदना दी जां जिहड़ी मानवी दुखांत दी जो सुर पीस लिटरेचर दे विचों उभर के सामने आनी चाहीदी सी ओह अजे अजे तक देखण नूं नहीं मिल रही। कुछ टोटकियां नूं छड्ड दिओ या कुछ टोटियां नूं छड्ड दईए, बाकी जिहड़ा हैगा इह संकट बहुत वड्डा है ते इस दा जिहड़ा प्रतिकर्म है साहित विच जां आर्ट विच जां जिहड़ा हैगा होर किसी रूप दे विच ओह उन्नी पद्धर ते नहीं आया। तो मैं चाहांगा वी डॉक्टर साहब ने तां बहुत वधिया अकैडमिक पद्धर ते गल्लां कीतियां ने, इस दा दारा आपां होर थोड़ा जिहा वसीह करिए गलबात दा, इस संवाद दा। मैं दीप जी तुहाडे उस ते लिख के वी भेजिआ ए ते इस नूं बहुत वधिया तरीके नाल आपां तोड़ सकदे हां। गल इस वेले चुनौतियां दी है ते जीवन दे नाल संबंधित जिहड़ियां चुनौतियां ने ओह किहड़े किहड़े खेत्र दे विच ने, लगभग दर्शन योगा और गल नाल जुड़ी हुई है जी। एक तां ना साहित नूं आए ना समझिए वी उधरों 13 मार्च नूं ਕਰੋਨਾ ਸ਼ੁਰੂ ਹੁੰਦਾ ਜਾਂ ਫਰਵਰੀ ਚ ਹੁੰਦਾ ਤੇ ਨਾਲ ਹੀ ਸਹਿਤ ਪੈਦਾ, ਮੈਨੂੰ ਲੱਗਦਾ ਇਹ ਨਹੀਂ ਸਹਿਤ ਹੀ ਨਹੀਂ ਹੁੰਦਾ। ਦੂਜੀ ਗੱਲ ਇਹ ਹੈ ਕਿ ਜਿੱਥੋਂ ਤੱਕ ਮਨ ਬੰਦਾ ਇਸੇ ਕਰਕੇ ਬੰਦਾ ਕਿਉਂਕਿ ਸੰਵੇਦਨਸ਼ੀਲ ਆ, ਇਹ ਨਹੀਂ ਕਿ ਬਾਕੀ ਧਰਤੀ ਦੇ ਜੀਵ ਸੰਵੇਦਨਸ਼ੀਲ ਨੇ, ਬੰਦਾ ਇਸ ਕਰਕੇ ਸੰਵੇਦਨਸ਼ੀਲ ਕਹਿੰਦੇ ਕਿਉਂਕਿ ਉਹ ਆਪਣੇ ਇਸ ਵੇਦਨਾ ਨੂੰ ਪ੍ਰਗਟ ਕਰ ਸਕਦਾ, ਦੂਜੇ ਜੀਵ ਜੰਤੂ ਨਹੀਂ ਕਰ ਸਕਦੇ। ਤੀਜੀ ਜਿਹੜੀ ਗੱਲ ਹੈ ਕਿ ਇਹ ਜਿਹੜਾ ਸੰਕਟ ਆ, ਮੈਂ ਦੇਵ ਹੋਰਾਂ ਨਾਲ ਇਸ ਗੱਲ ਨਾਲ 100% ਸਹਿਮਤ ਹਾਂ, ਇਹ ਇਕੱਲਾ ਨਾ ਭਾਸ਼ਾ ਦਾ ਤੇ ਨਾ ਸਾਹਿਤ ਦਾ ਤੇ ਨਾ ਸੱਭਿਆਚਾਰ ਦਾ, ਇਹ ਪੂਰੇ ਮਾਨਵੀ ਜੀਵਨ ਦੇ ਨਾਲ ਜੁੜਿਆ ਹੈ। ਬਿਲਕੁਲ ਬਿਲਕੁਲ। ਮਾਨਵੀ ਜੀਵਨ ਆ ਜਿਹੜਾ, ਚਾਹੇ ਉਹ ਸਮਾਜਿਕ ਸੱਭਿਆਚਾਰਕ ਰਾਜਨੀਤਿਕ ਧਾਰਮਿਕ ਆਰਥਿਕ ਤੇ ਪ੍ਰਕਿਰਤਿਕ ਤੇ ਚਾਹੇ ਬ੍ਰਹਿਮੰਡਕ ਕਹਿ ਲਈਏ ਸਾਰੇ, ਤੇ ਇੱਕ ਤਾਂ ਇਹ। ਨੰਬਰ ਦੋ, ਇਹ ਇਕੱਲੇ ਨਾ ਪੰਜਾਬੀ ਨਾਲ ਆ ਨਾ ਭਾਰਤੀ ਨਾਲ ਆ, ਇਹ ਉਹ ਜਿਹੇ ਅਮਰੀਕਨ ਨਾਲ ਆ, ਉਹ ਜਿਹੇ ਯੂਰਪ, ਬਿਲਕੁਲ ਬਿਲਕੁਲ, ਸਾਰੀ ਦੁਨੀਆਂ ਦੇ ਨਾਲ, ਇਹਨਾਂ ਨਾਲ ਮੈਂ ਇਸ ਗੱਲ ਦੇ ਤਾਂ ਉੱਤੇ ਬਿਲਕੁਲ 100% ਸਹਿਮਤ ਹਾਂ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਇਸ ਕਰੋਨਾ ਦੇ ਪੀਰੀਅਡ ਦੇ ਵਿੱਚੋਂ ਗੁਜ਼ਰ ਰਹੇ ਹਾਂ ਜੀ। ਅਜੇ ਤਾਂ ਅਸੀਂ ਜਿਹੜੀਆਂ ਤੁਰੰਤ ਪੈਦਾ ਹੁੰਦੀਆਂ ਚੁਣੌਤੀਆਂ ਉਹਨਾਂ ਨਾਲ ਨਜਿੱਠ ਰਹੇ ਹਾਂ, ਅਜੇ ਇਹਨਾਂ ਦੇ ਨਤੀਜੇ ਤਾਂ ਅਸੀਂ ਆਉਣ ਵਾਲੇ ਸਮੇਂ ਚ ਭੁਗਤਣੇ ਹਾਂ। ਬਿਲਕੁਲ ਬਿਲਕੁਲ ਠੀਕ, ਆਉਣ ਵਾਲੇ ਸਮੇਂ। ਤੁਸੀਂ ਦੇਖੋ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਐਟਮ ਬੰਬ ਸਿੱਟੇ ਗਏ ਉਹਦੇ ਨਤੀਜੇ ਅੱਜ ਤੱਕ ਜਪਾਨ ਭੁਗਤ ਰਿਹਾ, ਉੱਥੇ ਅੱਜ ਵੀ ਬੱਚੇ ਅਪਾਹਜ ਪੈਦਾ ਹੁੰਦੇ ਆ ਦੇਵ ਜੀ। ਸੋ ਇਸ ਕਰਕੇ ਸਾਡੇ ਆਉਣ ਵਾਲੇ ਸਮੇਂ ਚ ਮੈਂ ਹਾਲਾਂਕਿ ਰੱਬ ਨੂੰ ਨਹੀਂ ਮੰਨਦਾ, ਮਾੜੀ ਗੱਲ ਕਹਿ ਲਓ ਇਹ, ਮੈਂ ਮਾਫ ਕਰਿਓ ਕਿ ਐਸੇ ਸੰਕਟ ਨਾ ਪੈਦਾ ਹੋ ਜਾਣ ਕਿ ਕਰੋਨਾ ਆਉਣ ਵਾਲੇ ਯੁੱਗ ਦੇ ਵਿੱਚ ਫਰਟੈਲਿਟੀ ਰੇਟ ਦੇ ਉੱਤੇ ਸਾਡੇ ਐਸਾ ਅਸਰ ਪਾ ਦੇ ਕਿ ਸਾਡੇ ਸੰਕਟ ਪੈਦਾ ਹੋ ਜਾਣ ਜਿਸ ਕਿਸਮ ਦੇ ਹੀਰੋਸ਼ੀਮਾ ਨਾਗਾਸਾਕੀ ਪੈਦਾ ਹੋਏ, ਅਜੇ ਆਉਣ ਵਾਲੇ ਯੁੱਗ ਚ ਹੋਣ, ਆਉਣ ਵਾਲੇ ਦੌਰ ਚ ਹੋਣਾ। ਪਰ ਇਸ ਸਮੇਂ ਅਸੀਂ ਕਿੰਨਾ ਕੁ ਇਸ ਸਾਰੇ ਕੁਝ ਦੇ ਵਿੱਚ ਪਾਰਟੀਸਪੇਟ ਕਰਕੇ ਕਿੰਨਾ ਕੁ ਨੇਚਰ ਨੂੰ ਬਚਾ ਕੇ ਉਹਦੇ ਚ ਕਰ ਸਕਦੇ ਹਾਂ, ਇਹਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ। ਗਰੀਬਾਂ ਦੇ ਵਿਚਾਰ ਅਜੇ ਬਹੁਤ ਸਟੱਡੀ ਹੋਣੀ ਹੈ, ਅਜੇ ਤਾਂ ਅਸੀਂ 47 ਤੇ 84 ਨੂੰ ਪ੍ਰੋਪਰ ਸਟੱਡੀ ਨਹੀਂ ਕਰ ਸਕੇ ਤੇ ਕਰੋਨਾ ਨੂੰ ਅਜੇ ਇੱਕਦਮ ਸਟੱਡੀ ਕਰਨਾ ਬਹੁਤ ਔਖਾ ਹੈ ਤੇ ਰਿਜ਼ਲਟ ਆਉਣ ਵਾਲੇ ਸਮੇਂ ਚ ਬਹੁਤ ਕੁਛ ਲਿਖਿਆ ਜਾਣਾ ਹੈ। ਤੇ ਮੈਂ ਚਾਹੂੰਗਾ ਕਿ ਕੋਈ ਨਵੀਂ ਪੀੜ੍ਹੀ ਦੇ ਵਿੱਚੋਂ ਸਵਾਲ ਜੇ ਕੋਈ ਕਰਨਾ ਚਾਹੁੰਦਾ ਹੈ, ਅਸੀਂ ਕਿਉਂਕਿ ਰਵੇਤੀ ਹਾਂ ਸਾਰੇ ਤੇ ਰਵੇਤੀਆਂ ਚ ਬਹੁਤ ਸਾਰੇ ਸਵਾਲ ਅਸੀਂ ਕਰਦੇ ਹਾਂ, ਪਰ ਨਵੀਂ ਪੀੜ੍ਹੀ ਚੋਂ ਕੋਈ ਵੀ ਦੋਸਤ ਸਵਾਲ ਕਰਨਾ ਚਾਹੁੰਦਾ ਜੀ? ਹੈਲੋ, ਸ਼ਰਾਬ ਦੀ ਬੋਤਲ ਖਰੀਦ ਲੈਂਦੇ ਨੇ ਸਰ, ਇਹਦੇ ਵਿੱਚ ਸੁਭਾਵਾਂ ਨੇ, ਲੇਖਕ ਸੁਭਾਵਾਂ ਨੇ, ਦੋਨੇ ਸੁਭਾਵ ਲਗਭਗ ਨਵੇਂ ਦੌਰ ਦੇ ਹੁਣ ਕੀ ਆ ਕੰਪਿਊਟਰ ਦੇ ਜੀ 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 ਤੁਹਾਡਾ ਸਵਾਲ ਸਮਝ ਆ ਗਿਆ ਜੀ।
ਜਦੋਂ ਸਾਡੇ ਲੇਖ ਕਿਤਾਬਾਂ ਨਹੀਂ ਖਰੀਦਦੇ ਹੈਗੇ, ਲੇਖ ਕਿਤਾਬਾਂ ਖਰੀਦਦੇ ਨਹੀਂ ਤਾਂ ਇਕੱਲੇ ਪੜ੍ਹਦੇ ਵੀ ਨਹੀਂ ਹੈਗੇ ਜੇ ਖਰੀਦਦੇ ਨਹੀਂ ਤਾਂ ਅਸੀਂ ਬਹੁਤ ਸਾਰੀਆਂ ਕਿਤਾਬਾਂ ਫ੍ਰੀ ਦੇ ਵਿੱਚ ਚਾਹੁੰਦੇ ਹਾਂ ਤਾਂ ਉਹਨੂੰ ਫਿਰ ਪਾਠਕ ਕਿਵੇਂ ਜੁੜੂਗਾ ਨਾਲ? ਮੈਨੂੰ ਲੱਗਦਾ ਇਹ ਮੋਟੇ ਤੌਰ ਤੇ ਕੌਣ ਸੀ ਕੁਝ ਗੱਲਾਂ ਜਿਹੜੀਆਂ ਟੁੱਟੀਆਂ ਨੇ। ਹਾਂਜੀ ਡਾਕਟਰ ਸਾਹਿਬ, ਮੈਂ ਤੁਹਾਡੇ ਹੀ ਇਹਨਾਂ ਦੇ ਸਵਾਲ ਨੂੰ ਸੁਣਿਆ ਕਿਉਂਕਿ ਉਹ ਵਿੱਚ ਇਹਨਾਂ ਦਾ ਸਵਾਲ ਠੀਕ ਨਹੀਂ ਸੀ ਮੈਨੂੰ ਸੁਣ ਰਿਹਾ। ਜੀ ਜੀ, ਇਹਨਾਂ ਨਾਲ ਮੈਂ 100% ਨਹੀਂ, 200 ਨਹੀਂ, ਮੈਂ 1000% ਇਸ ਲਈ ਸਹਿਮਤ ਹੋਣਾ ਚਾਹੁੰਦਾ ਕਿ ਆਪਣੀ ਕਿਤਾਬ ਲਿਖੀ ਹੋਈ ਆਪਣੇ ਸਕੇ ਭਰਾ ਨੂੰ ਵੀ ਦੇਣੀ ਬੰਦ ਕਰੋ। ਅਸੀਂ ਕੀ ਕਰਦੇ ਹਾਂ, ਅਸੀਂ ਮੰਗਲਵਾਰ ਦੇ ਪ੍ਰਸ਼ਾਦ ਵਾਂਗੂ ਕਿਤਾਬਾਂ ਵੰਡਦੇ ਹਾਂ ਕਿਉਂਕਿ ਪਹਿਲਾਂ 20-25 ਹਜ਼ਾਰ ਲਾ ਕੇ ਛਪਾਉਂਦੇ ਹਾਂ, ਫਿਰ ਵੰਡਦੇ ਹਾਂ, ਫਿਰ ਕਹਿੰਦੇ ਹਾਂ ਵੀ ਸਾਡੇ ਬਾਰੇ ਲਿਖੋ, ਗੋਸ਼ਟੀ ਕਰੋ। ਬਿਲਕੁਲ ਨਾ ਕਰੋ ਇਹ ਕੰਮ, ਸਾਡੇ ਲੇਖਕ ਨੂੰ ਵੀ ਆਪਣੀ ਜ਼ਿੰਮੇਵਾਰੀ ਭੁਗਤਾਉਣੀ ਪਏਗੀ। ਬਿਲਕੁਲ ਬੰਦ, ਮੈਂ ਬੁੱਕ ਸੈਂਟਰ ਤੋਂ ਆਇਆ, ਮੈਂ ਆਪ 2000 ਰੁਪਏ ਦੀਆਂ ਕਿਤਾਬਾਂ ਖਰੀਦ ਕੇ ਲਿਆ, ਮਾਫ ਕਰਿਓ। ਕਿਉਂ? ਜੇ ਮੈਂ ਪੜ੍ਹਨਾ ਮੈਨੂੰ ਕਿਤਾਬ ਖਰੀਦਣੀ ਚਾਹੀਦੀ ਆ। ਕਿਉਂ? ਕਿਉਂ ਮੈਂ ਝਾਕਾਂ ਲੇਖਕ ਵੱਲ, ਕਿਉਂ ਅਸੀਂ ਕਹੀਏ? ਉਹਨਾਂ ਕਹਾ ਵੀ ਚਾਹੇ ਤੂੰ ਇਹ 100 ਰੁਪਏ ਦੀ ਕਿਤਾਬ ਦੇ ਵਿੱਚ ਲੱਗਿਆ ਤੇ ਮੈਨੂੰ ਚਾਹੇ 10 ਰੁਪਏ ਦੇ ਲੈ। ਮੈਨੂੰ ਇੱਕ ਮਿੱਤਰ ਨੇ ਗੱਲ ਕਹੀ, ਜਿਹਨਾਂ ਨੇ ਦੋਸਤਾਂ ਨੇ ਸਵਾਲ ਕੀਤਾ, ਹੈ ਤਾਂ ਛੋਟੀ ਜਿਹੀ ਆ, ਉਹ ਕੋਈ ਮੇਰੇ ਕੋਲ ਮਿੱਤਰ ਪੜ੍ਹਨ ਆਇਆ, ਮਿੱਤਰ ਦਾ ਬੱਚਾ, ਕਹਿੰਦਾ ਜੀ 5-7 ਦਿਨ ਲਾ ਦਿਓ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦਾ ਜੀ ਕਿੰਨੇ ਪੈਸੇ ਲਾਓਗੇ? ਮੈਂ ਕਿਹਾ ਯਾਰ ਮੈਂ ਤਾਂ ਕਦੇ ਇਹਦਾ ਕੰਮ ਹੀ ਨਹੀਂ ਕੀਤਾ ਪੈਸਿਆਂ ਦਾ। ਉਹ ਮੈਨੂੰ ਕਹਿੰਦਾ ਵੀ ਡਾਕਟਰ ਸਾਹਿਬ, ਜੇ ਡਾਕਟਰ ਦੇ ਕੋਲੋਂ ਦਵਾਈ ਲੈਣ ਚਲੇ ਜਾਓ ਨਾ, ਉਹ ਦਵਾਈ ਮੁਫ਼ਤ ਦੇ ਦੇਵੇ, ਉਹ ਲੱਗਦੀ ਨਹੀਂ ਹੈ। ਮੈਂ ਖਰੀਦ ਕੇ ਲੈ ਕੇ ਆਉਂਗੀ ਵੀ, ਮੈਂ ਵੀ ਲੈਣੇ ਕਿਤਾਬ ਆ, ਮੈਂ ਉਹ ਲੈ ਕੇ ਆਉਂਗੀ। ਮੈਂ ਅੱਜ 2 ਕਿਤਾਬਾਂ ਉਹ ਲੈ ਕੇ ਆਇਆ ਜਿਹਨੇ ਬਾਰੇ ਅਫਰੋਜ਼ ਦੀ ਕਿਤਾਬ ਲੈ ਕੇ ਆਇਆ, ਮੁੰਡਾ ਸੀ ਉਹ ਪਿੱਛੇ, ਮੈਂ ਉਹ ਕਿਤਾਬ ਖਰੀਦ ਕੇ ਲੈ ਕੇ ਆ ਰਿਹਾ। ਬਿਲਕੁਲ ਬੰਦ ਕਰੋ, ਸਾਨੂੰ ਆਪਣੇ ਵੀ ਪੈਰਾਮੀਟਰ ਬਣਾਉਣੇ ਪੈਣਗੇ, ਆਪਾਂ ਇਹ ਨਾ ਕਰੀਏ ਵੀ ਆਇਆ ਐਂ ਕਰਦੇ ਹਾਂ। ਜੀ ਜੀ ਜੀ, ਪਹਿਲੀ ਗੱਲ ਤਾਂ ਇਹ ਕਿ ਅਸੀਂ ਇਹੋ ਜਿਹਾ ਕੁਛ ਲਿਖਣਾ ਬੰਦ ਕਰੀਏ ਜਿਹੜਾ ਖਰੀਦਿਆ ਨਾ ਜਾ ਸਕੇ, ਤੇ ਦੂਜੀ ਗੱਲ ਅਸੀਂ ਖਰੀਦਣਾ ਸ਼ੁਰੂ ਕਰੀਏ ਤਾਂ ਕਿ ਕਿਸੇ ਨੂੰ ਕਿਤਾਬ ਮੁਫ਼ਤ ਬਣਨੀ ਨਾ ਪਵੇ। ਜੀ, ਮੇਰੇ ਖਿਆਲ ਦੇ ਵਿੱਚ ਆਪਾਂ ਇੱਕ ਅੱਧਾ ਸਵਾਲ ਲਾਸਟ ਲੈਣਾ ਚਾਹੁੰਦਾ, ਮੈਂ ਹੋਰ ਥੱਲੇ ਵੱਲ ਜਾਣਾ ਚਾਹੁੰਦਾ, ਹੋਰ ਇਸ ਤੋਂ ਵੀ ਛੋਟਾ ਜਗਦੀਸ਼ ਹੈ ਕੁੰਡੀਆਂ ਤੋਂ ਵੀ ਹੇਠਲੇ ਪੁੱਛਦਾ, ਕੋਈ ਬੱਚਾ ਕੋਈ ਸਵਾਲ ਕਰਨਾ ਚਾਹੁੰਦਾ ਹੈ, ਇਕਬਾਲ ਵਰਗੇ ਤੇ ਗੁਲਾਬ ਵਰਗੇ ਮੇਰੇ ਖਿਆਲ ਚ ਹੈਗੇ ਸੀ ਕੁਛ। ਹਾਂਜੀ, ਮੈਂ ਜੇ ਨਾਮ ਲਵਾਂ ਤਾਂ ਮੈਂ ਜਿੰਨਾ ਕੁ ਮੈਨੂੰ ਦੱਸਿਆ ਹੈਗਾ, ਦਰਸ਼ਨ ਜੋਗਾ ਜੀ, ਜਗਦੀਸ਼ ਕੁਲਰੀਆ ਜੀ, ਸੁਨੀਤਾ ਜੀ, ਦਵਿੰਦਰ ਕੁਮਾਰ ਜੀ, ਜਗਪਾਲ ਚਾਹਲ, ਇਕਬਾਲ ਸਿੰਘ ਜੀ, ਗੁਲਾਬ ਸਿੰਘ ਜੀ, ਗੁਰਦੇਵ ਸਿੰਘ ਦੇਵ, ਅਕਵਿੰਦਰ, ਜਸ ਚੋਟੀਆਂ, ਬੇਅੰਤ ਸਿੰਘ, ਸੁਖਵਿੰਦਰ ਕੌਰ ਔਲਖ, ਕੇਹਰ ਸ਼ਰੀਫ ਜੀ, ਗੁਰਦੀਪ ਸਿੰਘ ਜੀ, ਹਰਪ੍ਰੀਤ ਕੌਰ, ਬਲਕਾਰ ਕੌਰ, ਸੋਨੀਆ, ਇੰਨੇ ਕੁ ਮੈਨੂੰ ਉਹ ਦਿਸੇ ਨੇ। ਸੋ ਇਹ ਸਾਰੇ ਇਹਨਾਂ ਚੋਂ ਜਿਹੜੇ ਨੌਜਵਾਨ ਨੇ, ਉਹਨਾਂ ਚੋਂ ਚਾਹੀਦਾ ਕਿ ਕੋਈ ਸਵਾਲ ਪੁੱਛੋ। ਹਾਂ ਪਲੀਜ਼ ਪਲੀਜ਼, ਕੋਈ ਕੋਈ ਵੀ ਜੇ ਕਰਨਾ ਚਾਹੁੰਦਾ, ਲਾਸਟ ਸਵਾਲ ਆਪਾਂ ਲੈਣਾ ਬਸ। ਹਾਂਜੀ ਸਰ, ਹੈਲੋ ਜੀ ਸਰ, ਮੈਂ ਆਪਣੇ ਕੋਰੋਨਾ ਦੇ ਬਾਬਤ ਗੱਲ ਹੋ ਰਹੀ ਹੈ, ਡਾਕਟਰ ਸਾਹਿਬ ਤੋਂ ਇੱਕ ਚੀਜ਼ ਪੁੱਛਣੀ ਚਾਹੁੰਦਾ ਵੀ ਜਦੋਂ ਆਪਾਂ ਸ਼ਹਿਰਾਂ ਦੇ ਵਿੱਚ ਗੱਲ ਕਰਦੇ ਹਾਂ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਚੰਡੀਗੜ੍ਹ ਦੇ ਵਿੱਚ, ਲੇਕਿਨ ਜਦੋਂ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਅਕਸਰ ਹੀ ਉੱਥੇ ਕੀ ਦੇਖਣ ਨੂੰ ਮਿਲਦਾ, ਉਹ ਇਹ ਦੇਖਣ ਨੂੰ ਮਿਲਦਾ ਕਿ ਉਹ ਅਜੇ ਅਵੇਅਰ ਨਹੀਂ ਹੋਏ, ਉਹ ਦੁਚਿੱਤੀ ਚ ਨੇ ਵੀ ਇਹ ਸੱਚਮੁੱਚ ਬਿਮਾਰੀ ਹੈ ਜਾਂ ਇਹ ਫੈਲਾਈ ਗਈ ਗਲਤ ਫਹਿਮੀ ਹੈਗੀ। ਇਸ ਦੇ ਬਾਬਤ ਜਿਹੜੇ ਸਾਡੇ ਸਾਹਿਤਕਾਰ ਨੇ, ਅਸੀਂ ਉਹ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਸਕਦੇ ਹਾਂ ਵੀ ਘੱਟੋ ਘੱਟ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜੋ ਪਿੰਡਾਂ ਦੇ ਵਿੱਚ ਰਹਿੰਦੇ ਨੇ, ਜਿਹਨਾਂ ਕੋਲੇ ਹਜੇ ਓਨੇ ਵੱਡੇ ਪੱਧਰ ਤੇ ਇਹ ਬਿਮਾਰੀ ਪਹੁੰਚੀ ਨਹੀਂ। ਜੀ ਜੀ ਡਾਕਟਰ ਸਾਹਿਬ, ਚਹਿਲ ਜਗਪਾਲ ਦਾ ਇਹ ਸਵਾਲ ਹੈ, ਪਲੀਜ਼। ਮੈਂ ਇਹਦਾ ਆਨਸਰ ਕਰਾਂਗਾ ਕਿ ਉਹ ਅਵੇਅਰਨੈਸ ਜੇਕਰ ਪਿੰਡਾਂ ਚ, ਕਿ ਮੈਂ ਇੱਕ ਪਿੰਡੂ ਖੇਤਰ ਚ ਪੜ੍ਹਾਉਂਦੀ ਹਾਂ ਪ੍ਰਿੰਸੀਪਲ ਆ ਫਤਿਹਗੜ੍ਹ ਸਾਹਿਬ ਚ, ਤਾਂ ਉਹਦੇ ਲਈ ਅਸੀਂ ਬੱਚਿਆਂ ਨੂੰ ਆਨਲਾਈਨ ਜਾਗਰਤ ਕੀਤਾ ਹੈਗਾ, ਫੇਸਬੁੱਕ ਰਾਹੀਂ, ਵਟਸਐਪ ਗਰੁੱਪਾਂ ਰਾਹੀਂ ਬੱਚਿਆਂ ਨੂੰ ਸਮਝਾਇਆ, ਔਰ ਉਹ ਬੱਚੇ ਜਿਹੜੇ NSS ਦੇ ਪੱਧਰ ਤੇ ਜਾ ਕੇ ਪਿੰਡਾਂ ਦੇ ਵਿੱਚ, ਪਹਿਲਾਂ ਉਹਨਾਂ ਨੇ ਇੱਕ ਸਾਡਾ ਮਾਨਸਾ ਵੀ ਕਾਲਜ ਹੈਗਾ, ਦਰਸ਼ਨ ਜੋਗਾ ਜੀ ਨੂੰ ਪਤਾ ਹੈ, ਉੱਥੇ ਬੱਚਿਆਂ ਨੇ ਪਹਿਲਾਂ ਆਪਣੇ ਘਰ ਚ ਫੇਸ ਮਾਸਕ ਬਣਾਏ, ਉਹਨਾਂ ਨੂੰ ਪ੍ਰੇਰਿਤ ਕੀਤਾ, ਉਹਨਾਂ ਨੇ ਆਪਣੇ ਘਰਦਿਆਂ ਨੂੰ ਉਹ ਦਿੱਤੇ, ਫਿਰ ਉਸ ਤੋਂ ਬਾਅਦ ਆਪਣੇ ਪਿੰਡ ਚ ਵੰਡੇ ਤੇ ਇਹ ਸਾਰੀਆਂ ਪ੍ਰੀਕੋਸ਼ਨਸ ਲਈਆਂ। ਸੋ ਮੈਨੂੰ ਲੱਗਦਾ ਹੈ ਕਿ ਉਹ ਬੱਚਿਆਂ ਰਾਹੀਂ, ਅਸੀਂ ਨੌਜਵਾਨਾਂ ਰਾਹੀਂ, ਇਸੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਸੁਚੇਤ ਕਰ ਸਕਦੇ ਹਾਂ। ਔਰ ਜਿੱਥੋਂ ਤੱਕ ਮੈਨੂੰ
ਮੈਨੂੰ ਜਿਹੜੀ ਇਹ ਸੂਚਨਾ ਮਿਲੀ ਆ ਮੈਂ ਜਾਣਿਆ ਉਹ ਇਹ ਸੀਗਾ ਕਿ ਪਿੰਡਾਂ ਦੇ ਵਿੱਚ ਜ਼ਿਆਦਾ ਸੁਖੈਨਤਾ ਨਾਲ ਲੋਕ ਰਹਿ ਰਹੇ ਨੇ ਕਿ ਉਹਨਾਂ ਨੂੰ ਬਾਹਰ ਦਾ ਕੁਛ ਲੈਣਾ ਨਹੀਂ ਪੈ ਰਿਹਾ ਤੇ ਨਾਲ ਦੇ ਨਾਲ ਉਹਨਾਂ ਨੇ ਪਹਿਰੇ ਲਾਏ ਸੀ ਠੀਕਰੀ ਪਹਿਰੇ ਬਾਹਰ ਦੇ ਕਿਸੇ ਬੰਦੇ ਨੂੰ ਆਉਣ ਨਹੀਂ ਸੀ ਦਿੰਦੇ ਤੇ ਸ਼ਾਇਦ ਇਹਦੇ ਨਾਲ ਨਸ਼ਿਆਂ ਨੂੰ ਵੀ ਠੱਲ ਪਈ ਆ ਸੋ ਉਹ ਜਿਹੜਾ ਹੈਗਾ ਉਹਨਾਂ ਨੂੰ ਵੀ ਪਤਾ ਹੈਗਾ ਜਿੱਥੋਂ ਤੱਕ ਮੈਨੂੰ ਮੇਰੀ ਜਾਣਕਾਰੀ ਮੈਨੂੰ ਇਹ ਲੱਗਦਾ ਕਿ ਟਾਈਮ ਆਪਣਾ ਹੋ ਗਿਆ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਕਿਸੇ ਅੱਛੇ ਵਕਤਾ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਹੈ ਕਿ ਉਹ ਬਹੁਤ ਸਾਰੇ ਸਵਾਲ ਪੈਦਾ ਕਰੇ ਤੇ ਬਹੁਤ ਸਾਰੇ ਸਵਾਲ ਸਾਡੇ ਮਨਾਂ 'ਚ ਪੈਦਾ ਹੋਏ ਨੇ ਆਪਾਂ ਇਹ ਸੰਵਾਦ ਇਸੇ ਕਰਕੇ ਇਹਨੂੰ ਇੱਕ ਦਿਨ ਦਾ ਜਾਂ ਇੱਕ ਘੰਟੇ ਦਾ ਨਹੀਂ ਰੱਖਿਆ ਆਪਾਂ ਇਸਨੂੰ ਲਗਭਗ ਇੱਕ ਮਹੀਨਾ ਜਾਂ ਮਹੀਨੇ ਤੋਂ ਅੱਗੇ ਵੀ ਚਲਾਵਾਂਗੇ ਤੇ ਅਲੱਗ ਅਲੱਗ ਖੇਤਰਾਂ ਦੇ ਬੰਦੇ ਆਉਣ ਵਾਲੇ ਸਮੇਂ ਦੇ ਵਿੱਚ ਬੁਲਾਵਾਂਗੇ ਤਾਂ ਕਿ ਬਹੁਤ ਸਾਰੀਆਂ ਹੋਰ ਪਰਤਾਂ ਇਹਦੀ ਆਪਾਂ ਉਧੇੜ ਸਕੀਏ ਤੇ ਸਵਾਲ ਮੁੱਕੇ ਨਹੀਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲਦਾ ਰਹੂਗਾ ਸਾਡੇ ਮਨੁੱਖ ਦੀ ਜਿਉਣ ਦੀ ਇੱਛਾ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਅਸੀਂ ਜਿਉਣਾ ਡਾਕਟਰ ਸਰਬਜੀਤ ਕੌਰਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ ਬਹੁਤ ਸਵਾਲ ਪੈਦਾ ਕੀਤੇ ਨੇ ਆਪਣੀਆਂ ਗੱਲਾਂ ਦੇ ਵਿੱਚੋਂ ਤੇ ਮੈਂ ਡਾਕਟਰ ਸਾਹਿਬ ਤੁਸੀਂ ਆਖਰੀ ਗੱਲ 30 ਮਿੰਟ ਦੇ ਵਿੱਚ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਮੈਂ ਤਾਂ ਇੱਕ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਰਬਜੀਤ ਸੋਹਲ ਹੋਰਾਂ ਦਾ ਖਾਸ ਕਰਕੇ ਤੁਹਾਡਾ ਵਿਸ਼ੇਸ਼ ਕਰਕੇ ਕਰ ਰਹੇ ਹੋ ਜ਼ਰੂਰੀ ਨੀ ਹੁੰਦਾ ਕਿ ਸੰਕਟ ਦੇ ਸਮੇਂ ਤੁਸੀਂ ਜਾ ਕੇ ਹੋਰ ਕਰੋ ਪਤਾ ਢੰਗ ਤਰੀਕੇ ਬਦਲੇ ਹੁੰਦੇ ਆ ਕਿ ਸੰਕਟ ਦੇ ਸਮੇਂ ਤੁਸੀਂ ਲੋਕਾਂ ਨਾਲ ਸੰਚਾਰ ਪੈਦਾ ਕਰਕੇ ਉਹ ਚੀਜ਼ਾਂ ਨੂੰ ਕਿਵੇਂ ਅੱਗੇ ਤੱਕ ਲੈ ਕੇ ਜਾਂਦੇ ਹੋ ਔਰ ਤੁਹਾਡੀ ਇਹ ਪੰਜਾਬ ਸਾਹਿਤ ਅਕਾਦਮੀ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਮੁਬਾਰਕਬਾਦ ਆ ਕਿ ਤੁਸੀਂ ਇਸ ਢੰਗ ਦੇ ਨਾਲ ਲੋਕਾਂ ਨਾਲ ਆਪਣਾ ਰਾਬਤਾ ਅਪਣਾਇਆ ਜਿਵੇਂ ਸਵਾਲ ਕਰਦੇ ਸੀ ਕਿਵੇਂ ਸੁਚੇਤ ਕਰੀਏ ਜਿਹਨਾਂ ਨੇ ਸੁਣਿਆ ਉਹ ਗਾਹਾਂ ਦੱਸਣਗੇ ਇਹ ਵੀ ਇੱਕ ਪੋਜ਼ਿਟਿਵ ਕੰਮ ਆ ਮੇਰੀ ਵਾਲ ਤੋਂ ਲਾਈਵ ਹੋਇਆ ਇਸ ਤੋਂ ਬਾਅਦ ਅਸੀਂ ਪੰਜਾਬ ਸਾਹਿਤ ਅਕੈਡਮੀ ਦੇ ਪੇਜ ਤੇ ਤੋਂ ਇਹਨੂੰ ਪੋਸਟ ਕਰ ਦਾਂਗੇ ਬਹੁਤ ਸਾਰੇ ਦੋਸਤਾਂ ਨੇ ਉੱਧਰ ਵੀ ਦੇਖ ਰਹੇ ਨੇ ਲਗਾਤਾਰ ਜੁੜੇ ਹੋਏ ਨੇ ਮੈਂ ਦੋਨਾਂ ਪਾਸੇ ਜੁੜਿਆ ਹੋਇਆ ਸੀ ਫੇਸਬੁੱਕ ਤੇ ਵੀ ਨਾਲ ਜੁੜਿਆ ਹੋਇਆ ਸੀ ਸੋ ਸਾਰੇ ਫੇਸਬੁੱਕ ਵਾਲੇ ਦੋਸਤਾਂ ਦਾ ਸਾਰੇ ਜ਼ੂਮ ਦੇ ਵਿੱਚ ਜੁੜੇ ਹੋਏ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕੱਲ ਅਸੀਂ ਇੱਕ ਨਵਾਂ ਫੀਚਰ ਐਡ ਕਰ ਰਹੇ ਹਾਂ ਨਾਲ ਅਸੀਂ ਇੱਕ ਕਿਸੇ ਸਿਰਜਕ ਨੂੰ ਨਾਲ 5 ਮਿੰਟ ਲਈ ਬੁਲਾ ਰਹੇ ਹਾਂ ਕੋਈ ਕਵੀ ਜਾਂ ਕੋਈ ਗੀਤਕਾਰ ਜਾਂ ਕੋਈ ਹੋਰ ਉਹ ਆਪਣੀ ਰਚਨਾ ਵੀ ਸਾਡੇ ਨਾਲ ਸਾਂਝੀ ਕਰੂਗਾ ਤੇ ਇੱਕ ਚਿੰਤਕ ਤਾਂ ਰੋਜ਼ ਦਾ ਹੋਊਗਾ ਹੋਊਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਫਾਰਮੈਟ ਚੇਂਜ ਹੋਣਗੇ ਸੋ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜੇ ਰਹਿਣ ਲਈ ਦੁਪਹਿਰ ਵਾਲੇ ਪ੍ਰੋਗਰਾਮ ਬਾਰੇ ਵੀ ਦੱਸ ਦੋ ਉਹ ਵੀ ਅਵੇਲੇਬਲ ਹੈਗਾ ਯੂਟਿਊਬ ਤੇ ਕਾਈਂਡਲੀ ਜੀ 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 ਦੁਪਹਿਰ ਅਸੀਂ ਇੱਕ ਪ੍ਰੋਗਰਾਮ ਅੱਜ ਕੀਤਾ ਸੀ ਗੁਰੂ ਤੇਗ ਬਹਾਦਰ ਦੀ 400 ਸਾਲਾ ਜਿਹੜੀ ਜਨਮ ਸ਼ਤਾਬਦੀ ਹੈ ਉਹ ਮਨਾ ਰਹੇ ਹਾਂ ਉਹਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਨੇ ਬਹੁਤ ਲੰਬਾ ਏਜੰਡਾ ਉਲੀਕਿਆ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਪਹਿਲਾਂ ਪ੍ਰੋਗਰਾਮ ਕੀਤਾ ਸੀ 550 ਸਾਲਾਂ ਨੂੰ ਉਸੇ ਤਰ੍ਹਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਇੱਕ ਕੁਇਜ਼ ਕੰਪੀਟੀਸ਼ਨ ਬੱਚਿਆਂ ਦਾ ਕਰਵਾਇਆ ਤੇ ਅੱਜ ਗੁਰੂ ਤੇਗ ਬਹਾਦਰ ਦੀ ਫਿਲੋਸਫੀ ਗੁਰੂ ਤੇਗ ਬਹਾਦਰ ਦੀ ਵਿਚਾਰਧਾਰਾ ਦਾ ਸਮਕਾਲੀ ਦੌਰ ਦੇ ਵਿੱਚ ਕੀ ਉਹਦਾ ਰੋਲ ਹੈ ਕੀ ਉਹਦੀ ਭੂਮਿਕਾ ਕਿੰਨੇ ਉਹਦੇ ਅੰਤਰਦ੍ਰਿਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ ਨੇ ਇਹ ਤੇ ਅੱਜ ਬਹੁਤ ਅੱਛਾ ਇੱਕ ਸੈਮੀਨਾਰ ਸੀ ਉਹ ਸੈਮੀਨਾਰ ਦੀ ਸਾਰੀ ਕਾਰਵਾਈ ਅਸੀਂ ਯੂਟਿਊਬ ਦੇ ਉੱਤੇ ਪਾਵਾਂਗੇ ਉਹਦਾ ਲਿੰਕ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਲਗਾਤਾਰ ਪੰਜਾਬ ਸਾਹਿਤ ਅਕੈਡਮੀ ਦੇ ਯੂਟਿਊਬ ਚੈਨਲ ਨਾਲ ਉਹਦੀ ਫੇਸਬੁੱਕ ਨਾਲ ਤੇ ਆਪਾਂ ਸਾਰੇ ਇੱਕ ਦੂਜੇ ਨਾਲ ਜੁੜੀਏ ਤੇ ਇਹ ਇਹ ਜਿਹੜਾ ਮੰਜ਼ਰ ਹੈ ਜਿਹੜਾ ਸਾਡੇ ਸਾਹਮਣੇ ਨਿਰਾਸ਼ਾ ਦਾ ਮੰਜ਼ਰ ਹੈ ਇਹਦੇ ਵਿੱਚੋਂ ਅਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀਏ ਸੰਵਾਦ ਦਾ ਸਿਲਸਿਲਾ ਚੱਲਦਾ ਰਹੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਅੱਛਾ ਲੱਗਦਾ ਹੈ ਤੁਸੀਂ ਬਹੁਤ ਐਕਸਪਰਟ ਹੋ ਗਏ ਤੁਸੀਂ ਬਹੁਤ ਐਕਸਪਰਟ ਹੋ ਗਏ ਹਾਂਜੀ ਹਾਂਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ